ਅੱਜ ਮੁਬਾਰਕਬਾਦ ਦਿੱਤੀ ਜਾ ਰਹੀ ਹੈ, ਧੰਨਵਾਦ ਕੀਤੇ ਜਾ ਰਹੇ ਨੇ ਸਾਰੀ ਪੈਰਾਮਾਊਂਟ ਸਪੋਰਟਸ ਕਲੱਬ ਦੇ। ਅੱਜ ਇੱਥੇ ਕਹਿੰਦੇ ਵੀ ਵੱਡੇ ਮਾਣ ਵਾਲੀ ਗੱਲ ਹੈ, ਪਰਮ ਗਿੱਲ ਜੀ ਉਹਨਾਂ ਵੀਰਾਂ ਦਾ ਪਿੰਡ ਹੈ, ਕੈਨੇਡਾ ਦੀ ਸਿਆਸਤ ਦੀ ਵੱਡੀ ਜਿਹੜੀ ਵਾਂਗਡੋਰ ਸੰਭਾਲੀ ਹੈ ਐਮਪੀ ਨੇ ਕੈਨੇਡਾ ਦੇ ਵਿੱਚ ਬ੍ਰਹਿਮਪਟਨ ਸ਼ਹਿਰ ਦੇ ਵਿੱਚ ਮਨਜੀਤ ਗਿੱਲ ਵਰਗੇ, ਵੱਡਾ ਧੰਨਵਾਦ ਹੈ ਇਹਨਾਂ ਸਾਰੇ ਸਤਿਕਾਰਯੋਗ ਵੀਰਾਂ ਦਾ, ਸਾਰੇ ਤਾਨੀ ਸੱਜਣਾਂ ਦੇ। ਮੈਂ ਪਹਿਲਾਂ ਵੀ ਜਿਹੜੇ ਨਾਮ ਬੋਲੇ ਔਰ ਸਾਂਝੇ ਵੀ ਕਰਦੇ ਜਾਵਾਂਗੇ, ਸਭ ਦੇ ਅਸੀਂ ਸਮੇਂ ਸਮੇਂ ਸਿਰ ਧੰਨਵਾਦ ਕਰਨੇ ਹੈ ਤੇ ਕੱਲੀ ਕੱਲੀ ਤਸਵੀਰ ਬੋਲਣੀ ਹੈ। ਮੇਰੇ ਵੀਰੇ ਬਾਹਰਲੇ ਮੁਲਕਾਂ ਦੇ ਵਿੱਚ ਸੱਤ ਸਮੁੰਦਰੋਂ ਪਾਰ ਗੱਲਾਂ ਹੋ ਰਹੀਆਂ, ਘਰ ਘਰ ਦੇ ਵਿੱਚ ਟੀਵੀਆਂ ਦੇ ਵਿੱਚ ਐਲਸੀਡੀਆਂ ਦੇ ਜ਼ਰੀਏ ਜਿਹੜੀਆਂ ਤਸਵੀਰਾਂ ਬੋਲਣੀਆਂ ਕਿ ਜੱਟ ਕਣਕ ਵੇਚ ਕੇ ਆਇਆ ਨੀ ਤੇਰਾ ਸਿਰੋਂ ਉਲਾਂਭਾ ਲਾਇਆ ਨੀ, ਜਿੱਥੇ ਰਾਂਝੇ ਗੱਲਾਂ ਕਰਦੇ ਨੇ ਤੇ ਹੀਰਾਂ ਬੋਲਦੀਆਂ, ਮੈਨੂੰ ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ, ਤਸਵੀਰਾਂ ਬੋਲਦੀਆਂ। ਅੱਜ ਬੋਲਣੀਆਂ ਤਸਵੀਰਾਂ ਕੱਲੇ ਕੱਲੇ ਘਰ ਦੇ ਵਿੱਚ ਤੇ ਖੋਸੇਕੋਟ ਦੇ ਪਿੰਡ ਦੇ ਅਮਰੀਕ ਸਿੰਘ ਨੇ ਬੜੇ ਸੋਹਣੇ ਬੋਲ ਬੋਲਣੇ ਆ। ਸਾਡਾ ਵੀਰ ਵਿਸ਼ੇਸ਼ ਤੌਰ ਤੇ ਪੁੱਜਾ ਹੋਇਆ ਹੈ, ਪੰਜਾਬ ਦਾ ਪ੍ਰਸਿੱਧ ਬੁਲਾਰਾ ਬਣ ਚੁੱਕਿਆ ਹੈ, ਸਾਡੀ ਜ਼ਿੰਦਗੀ ਦਾ ਪਰਮ ਮਿੱਤਰ ਹੈ। ਆਰ ਸੋਚੀ ਪੈਰਾਮਾਊਂਟ ਸਪੋਰਟਸ ਕਲੱਬ ਵੱਲੋਂ ਪੁੱਜੇ ਸਾਰੇ ਰੱਬ ਵਰਗੇ ਦਰਸ਼ਕ ਵੀਰਾਂ ਦਾ, ਪੁੱਜੇ ਸਾਰੇ ਰੱਬ ਵਰਗੇ ਖਿਡਾਰੀ ਵੀਰਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਆਗੜ ਤੇ ਕੰਡਿਆਲ ਪਿੰਡ ਦੀ ਟੀਮਾਂ ਨੂੰ ਮੇਰੀ ਲਾਸਟ ਬੇਨਤੀ ਹੈ, ਇਸ ਤੋਂ ਬਾਅਦ ਖੋਸਾ ਕੋਟਲਾ ਤੇ ਖੁਖਰਾਣਾ ਪਿੰਡ ਦੀਆਂ ਟੀਮਾਂ ਜਿਹੜੀਆਂ ਜਲਦੀ ਨਾਲ ਖੇਡ ਦੇ ਮੈਦਾਨ ਦੇ ਵੱਲ ਪਹੁੰਚਣਗੀਆਂ। ਨਾਲ ਹੀ ਜਿੱਥੇ ਕਬੱਡੀ ਓਪਨ ਦਾ ਪਹਿਲਾ ਪ੍ਰਾਈਜ਼ ਜਿਹੜਾ ਸਵਰਗਵਾਸੀ ਜਗਮੋਹਨ ਸਿੰਘ ਜੀ ਗਿੱਲ ਅਮਰੀਕਾ ਵਾਲੇ ਸਾਡੇ ਵੀਰ ਥਾਣੇ ਵਾਲੀ ਇਹਨਾਂ ਦੇ ਪਰਿਵਾਰ ਵੱਲੋਂ ਦਿੱਤਾ ਜਾਣਾ 51,000 ਰੁਪਏ ਤੇ ਗੁਰਮੀਤ ਸਿੰਘ ਜੀ ਜਾਰ ਤੇ ਗੁਰਵਿੰਦਰ ਸਿੰਘ ਜੀ ਸੰਧੂ ਪੱਪੀ ਵਿਸ਼ਾਲ ਭਾਰਤ ਟਰਾਂਸਪੋਰਟ ਦੁਬਈ ਵਾਲੇ ਸਾਡੇ ਵੀਰ ਇਹਨਾਂ ਵੱਲੋਂ ਓਪਨ ਕਬੱਡੀ ਦਾ ਸੈਕਿੰਡ ਪ੍ਰਾਈਜ਼ 31,000 ਰੁਪਏ ਦਿੱਤਾ ਜਾਣਾ ਹੈ। ਆਰ ਕਬੱਡੀ 60 ਕਿਲੋ ਭਾਰ ਦੇ ਜਿਹੜੇ ਦੋਨੋਂ ਪ੍ਰਾਈਜ਼ ਦਿੱਤੇ ਗਏ ਨੇ ਕੱਲ ਸਵਰਗਵਾਸੀ ਜੀਤ ਸਿੰਘ ਜੀ ਗਿੱਲ ਤੇ ਸਰਦਾਰ ਸੇਵਾ ਸਿੰਘ ਜੀ ਗਿੱਲ ਇਹਨਾਂ ਦੇ ਪਰਿਵਾਰ ਵੱਲੋਂ ਮੇਰੇ ਵੀਰੇ 25,000 ਰੁਪਏ ਦੋਨੋਂ ਜਿਹੜੇ ਪ੍ਰਾਈਜ਼ ਕਬੱਡੀ 60 ਤੇ 70 ਕਿਲੋ ਭਾਰ ਦੇ ਦਿੱਤੇ ਗਏ ਹੈ। ਆਰ ਸਰਦਾਰ ਮਨਦੀਪ ਸਿੰਘ ਜੀ ਗਿੱਲ ਆਸਟ੍ਰੇਲੀਆ ਪੁੱਤਰ ਸਰਦਾਰ ਸੁਖਵੰਦਰ ਸਿੰਘ ਜੀ ਖਾਲਸਾ ਇਹਨਾਂ ਦੇ ਪਰਿਵਾਰ ਵੱਲੋਂ 70 ਕਿਲੋ ਭਾਰ ਦਾ ਪਹਿਲਾ ਪ੍ਰਾਈਜ਼ 21,000 ਰੁਪਏ ਦਿੱਤਾ ਗਿਆ ਹੈ ਤੇ ਸਰਦਾਰ ਹਰਦਿਆਲ ਸਿੰਘ ਜੀ ਗਿੱਲ ਚੰਡੀਗੜ੍ਹ ਵਾਲੇ ਜਗਤ ਸਿੰਘ ਖਾਲਸਾ ਕਾਲਜ ਮਹਿਣੇ ਵਾਲੇ ਪ੍ਰਧਾਨ ਨੇ ਜਿਹੜੇ ਉਹਨਾਂ ਵੱਲੋਂ ਕਬੱਡੀ 70 ਕਿਲੋ ਭਾਰ ਦਾ ਸੈਕਿੰਡ ਪ੍ਰਾਈਜ਼ ਜਿਹੜਾ 15,000 ਰੁਪਏ ਦਿੱਤਾ ਜਾਣਾ ਹੈ। ਵੱਡੇ ਧੰਨਵਾਦ ਇਹਨਾਂ ਸਾਰੇ ਦਾਨੀ ਸੱਜਣ ਭਰਾਵਾਂ ਦੇ, ਹੋਰ ਵੀ ਜਿਹੜੇ ਵੀਰਾਂ ਨੇ ਸਾਡੀ ਕਲੱਬ ਨੂੰ ਮਾਇਆ ਦਿੱਤੀ ਹੈ, ਨਾਂ ਜਿਹੜੇ ਪਹਿਲਾਂ ਵੀ ਬੋਲੇ ਔਰ ਬੋਲਦੇ ਵੀ ਜਾਵਾਂਗੇ। ਵੱਡਾ ਧੰਨਵਾਦ ਹੈ ਸਾਰੇ ਸਤਿਕਾਰਯੋਗ ਵੀਰਾਂ ਦਾ ਕਿ ਪ੍ਰਵਾਸੀ ਪੰਜਾਬੀ ਭਰਾਵਾਂ ਨੇ ਪੰਜਾਬ ਦੀ ਜਵਾਨੀ ਹੈ ਬਚਾਤੀ, ਕੱਖਾਂ ਦੀ ਸੀ ਖੇਡ ਜਿਹੜੀ ਲੱਖਾਂ ਦੀ ਬਣਾਤੀ ਤੇ ਇਸ ਖੇਡ ਨੇ ਤਾਂ ਮੱਲ ਯਾਰੋ ਵੱਡੀ ਹੀ ਅਮਾਰੀ, ਡਾਲਰਾਂ ਦੇ ਪੌਂਡਾਂ ਵਿੱਚ ਖੇਡਦੇ ਯਾਰੋ ਇੱਕ ਵੱਡੀ ਦੇ ਖਿਡਾਰੀ, ਡਾਲਰਾਂ ਦੇ ਪੌਂਡਾਂ ਵਿੱਚ ਖੇਡਦੇ ਯਾਰੋ ਇੱਕ ਵੱਡੀ ਦੇ ਖਿਡਾਰੀ।
ਹੈਲੋ ਕੰਡਿਆਲ ਵਾਸ ਜੌਗੜ, ਕੰਡਿਆਲ ਵਾਸ ਜੌਗੜ ਦੇ ਖਿਡਾਰੀ ਪਹੁੰਚ ਚੁੱਕੇ ਆ ਤਾਂ ਦੱਸੋ ਯਾਰ ਮੈਚ ਸ਼ੁਰੂ ਕਰਵਾਉਣੇ ਆ ਕੰਡਿਆਲ ਤੇ ਔਗੜ। ਗਰਾਊਂਡਾਂ ਖਾਲੀ ਪਈਆਂ, ਕੰਡਿਆਲ ਤੇ ਔਗੜ ਦੇ ਖਿਡਾਰੀ ਜਿੱਥੇ ਵੀ ਰਹਿ ਗਿਆ ਦੱਸੋ ਪਹੁੰਚ ਗਿਆ ਤਾਂ ਯਾਰ ਕੰਡਿਆਲ ਤੇ ਔਗੜ ਪਿੰਡ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਜਲਦੀ ਨਾਲ ਗੱਭਰੂ ਕਰ ਤਿਆਰੀਆਂ, ਖੇਡ ਦੇ ਮੈਦਾਨ ਦੇ ਵੱਲ ਪੁੱਜਣ। ਕੰਡਿਆਲ ਵਰਸੀ ਔਗੜ ਪਿੰਡ ਦੀਆਂ ਟੀਮਾਂ ਜਲਦੀ ਨਾਲ ਕਰਕੇ ਤਿਆਰੀਆਂ, ਖੇਡ ਦੇ ਮੈਦਾਨ ਦੇ ਵੱਲ ਪੁੱਜਣਗੀਆਂ। ਕੰਡਿਆਲ ਤੇ ਔਗੜ ਦੀਆਂ ਟੀਮਾਂ ਪਹੁੰਚੋ ਯਾਰ, ਹੈਲੋ ਕੰਡਿਆਲ ਤੇ ਔਗੜ ਪਿੰਡ ਦੀਆਂ ਟੀਮਾਂ ਜਲਦੀ ਨਾਲ ਕਰਕੇ ਤਿਆਰੀਆਂ, ਖਿਡਾਰੀ ਜਿਹੜੇ ਖੇਡ ਦੇ ਮੈਦਾਨ ਦੇ ਵੱਲ ਪੁੱਜਣ। ਕੰਡਿਆਲ ਵਰਸੀ ਔਗੜ।
ਯਾਰ ਖਿਡਾਰੀ ਵੀਰਾਂ ਨੂੰ ਵਾਰ ਵਾਰ ਬੇਨਤੀ ਕਰਦੇ ਹਾਂ, ਔਗੜ ਤੇ ਕੰਡਿਆਲ ਔਗੜ ਤੇ ਕੰਡਿਆਲ ਦੀ ਟੀਮ ਪਹੁੰਚ ਚੁੱਕੀ ਆ ਤਾਂ ਗਰਾਊਂਡਾਂ ਵੱਲ ਪਹੁੰਚੋ ਵੀਰੇ। ਹਾਂਜੀ ਔਗੜ ਤੇ ਕੰਡਿਆਲ ਦੋਨਾਂ ਟੀਮਾਂ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਗਰਾਊਂਡ 'ਚ ਪਹੁੰਚਣ, ਟਾਈਮ ਅੱਗੇ ਬਹੁਤ ਹੋ ਚੁੱਕਾ। ਔਗੜ ਤੇ ਕੰਡਿਆਲ ਖੋਸਾ ਕੋਟਲਾ ਤੇ ਗੁਗਰਾਣਾ ਰਸੂਲਪੁਰ ਤੇ ਧੱਲੇ ਕੇ ਪੁਰਾਣੇ ਵਾਲਾ ਬੀ ਤੇ ਰੌਲੀ ਪੁਰਾਣੇ ਵਾਲਾ ਏ ਤੇ ਤਲਵੰਡੀ ਭਗੇਰੀਆਂ ਇਹ ਟੀਮਾਂ ਜਿਹੜੀਆਂ ਖੇਡ ਦੇ ਮੈਦਾਨ ਦੇ ਵੱਲ ਆਉਣਗੀਆਂ। ਔਗੜ ਤੇ ਕੰਡਿਆਲ ਨੂੰ ਮੇਰੀ ਲਾਸਟ ਬੇਨਤੀ, ਇਸ ਤੋਂ ਬਾਅਦ ਅਸੀਂ ਟੀਮ ਕੱਢ ਦੇਣੀ ਹੈ। ਖੋਸਾ ਕੋਟਲਾ ਤੇ ਗੁਗਰਾਣਾ ਸਾਡੇ ਵੀਰ ਜਸ ਹੋਣੀ ਕੱਲੀ ਕੱਲੀ ਕਬੱਡੀ ਨੂੰ ਦਿਖਾ ਰਹੇ ਨੇ ਪੂਰੀ ਦੁਨੀਆ ਦੇ ਵਿੱਚ, ਸਾਡੇ ਵੀਰ ਸ਼ਿੰਦੇ ਹੋਣੀ ਮਿੰਦੂ ਹੋਣੀ ਸਾਰੇ ਵੀਰ ਜਿਹੜੇ, ਵੱਡਾ ਧੰਨਵਾਦ ਸਾਡੀ ਟਰਾਲੀ ਵਾਲੀ ਸਟੇਜ ਉੱਪਰ ਜਿਹੜੇ ਬੈਠੇ ਵੀਰ ਹੈ ਬਿੰਦੇ ਹੋਣੀ ਸਾਡੇ ਵੀਰ ਨਾਲ ਹਿੰਦਾ ਸਾਰੇ ਵੀਰਾਂ ਦਾ ਧੰਨਵਾਦ। ਮਨਜਿੰਦਰ ਹੋਣੀ ਨਾਲ ਹੀ ਸਾਡੇ ਵੀਰ ਰੇਸ਼ਮ ਤੇ ਸ਼ਿੰਦਾ ਜੀ ਉਹ ਜਿਹੜੇ ਕੱਲ ਤੋਂ ਲੈ ਕੇ ਕਲੀ ਦੀਆਂ ਸਵਾਵਾਂ ਦੇ ਰਹੇ ਨੇ, ਵੱਡਾ ਧੰਨਵਾਦ ਹੈ ਇਹਨਾਂ ਸਾਰੇ ਸੱਜਣਾਂ ਦਾ, ਵੱਡਾ ਜਿਹੜਾ ਧੰਨਵਾਦ ਕਰ ਰਹੀ ਹੈ ਸਾਰੀ ਸਪੋਰਟਸ ਕਲੱਬ, ਬਹੁਤ ਬਹੁਤ ਧੰਨਵਾਦ ਨੇ ਇਹਨਾਂ ਸਾਰੇ ਸਤਿਕਾਰਯੋਗ ਵੀਰਾਂ ਦੇ। ਨਾਲ ਹੀ ਬਿੱਲੂ ਸਾਡਾ ਵੀਰ ਜਿਹੜਾ ਗੱਡੀ ਦੀ ਸੇਵਾ ਕਰ ਰਿਹਾ ਉਹਦਾ ਵੀ ਧੰਨਵਾਦ ਹੈ। ਹਾਂਜੀ ਪੁਰਾਣੇ ਵਾਲਾ ਤੇ ਸੋਰੀ ਔਗੜ ਦੇ ਕੰਡਿਆਲ ਗਰਾਊਂਡ ਤੇ ਆ ਜਾਣ ਦੋਨੋਂ ਟੀਮਾਂ। ਮੇਰੀ ਬੇਨਤੀ ਹੈ ਪਲੇਅਰਾਂ ਨੂੰ ਔਰ ਨਾਲ ਹੀ ਖੋਸਾ ਕੋਟਲਾ ਤੇ ਖੁਖਰਾਣਾ ਰਸੂਲਪੁਰ ਤੇ ਧੱਲੇ ਕੇ ਪੁਰਾਣੇ ਵਾਲਾ ਬੀ ਤੇ ਰੌਲੀ ਔਰ ਪੁਰਾਣੇ ਵਾਲਾ ਏ ਤੇ ਤਲਵੰਡੀ ਭਗੇਰੀਆਂ ਇਹ ਟੀਮਾਂ ਜਿਹੜੀਆਂ ਬਿਨਾਂ ਕਿਸੇ ਦੇਰੀ ਦੇ ਖੇਡ ਦੇ ਮੈਦਾਨ ਪਹੁੰਚਣਗੀਆਂ ਜਲਦੀ ਤੋਂ ਜਲਦੀ। ਨਾਲ ਹੀ ਸਾਡੇ ਦਰਮਿਆਨ ਜਸਵਿੰਦਰ ਸਿੰਘ ਜੀ ਭੱਲਾ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚਣਗੇ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਾਂਗੇ।
ਜਸ ਔਗੜ ਤੇ ਕੰਡਿਆਲ ਖੁਲਸਾ ਕੋਟਲਾ ਤੇ ਖੁਖਰਾਣਾ ਰਸੂਲਪੁਰ ਤੇ ਧੱਲੇ ਕੇ ਨਾਲ ਹੀ ਪੁਰਾਣੇ ਵਾਲਾ ਬੀ ਵਰਸੀ ਜਰੌਲੀ ਪੁਰਾਣੇ ਵਾਲਾ ਏ ਤੇ ਤਲਵੰਡੀ ਭਗੇਰੀਆਂ ਜਿਹੜੇ ਜਿਹੜੇ ਵੀਰਾਂ ਨੇ ਬਾਹਰ ਫੋਨ ਕਰਨੇ ਨੇ ਬਾਹਰ ਜਿਹੜੇ ਤੁਸੀਂ ਫੋਨ ਕਰ ਸਕਦੇ ਹੋ ਅੱਜ ਜਿੱਥੇ ਕੱਲ ਤੋਂ ਲੈ ਕੇ ਪੰਜਾਬ ਲਾਈਵ .com ਦੇ ਜਰੀਏ ਕੱਲੀ ਕੱਲੀ ਕਬੱਡੀ ਜਾ ਰਹੀ ਹੈ ਪੂਰੇ ਵਿਸ਼ਵ ਦੇ ਵਿੱਚ ਪੂਰੀ ਦੁਨੀਆ ਭਰ ਦੇ ਵਿੱਚ ਅੱਜ ਜਿਹੜੀ ਕੱਲੀ ਕੱਲੀ ਕਬੱਡੀ ਜਾ ਰਹੀ ਹੈ ਜਿਹੜੇ ਜਿਹੜੇ ਵੀਰਾਂ ਨੇ ਬਾਹਰ ਫੋਨ ਕਰਨੇ ਨੇ ਫੋਨ ਕਰ ਸਕਦੇ ਹੋ ਪੰਜਾਬ ਲਾਈਵ .com ਦੇ ਜਰੀਏ ਅੱਜ ਕੱਲੀ ਕੱਲੀ ਕਬੱਡੀ ਜਾ ਰਹੀ ਹੈ ਪੂਰੇ ਵਿਸ਼ਵ ਦੇ ਵਿੱਚ ਕੱਲੀ ਕੱਲੀ ਕਬੱਡੀ ਤੇ ਕੱਲਾ ਕੱਲਾ ਜੱਫਾ ਦਿਖਾਇਆ ਜਾਣਾ ਹੈ ਆਗੜ ਤੇ ਕੰਡਿਆਲ ਪਿੰਡ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਜਲਦੀ ਨਾਲ ਗੱਭਰੂ ਕਰਕੇ ਤਿਆਰੀਆਂ ਗਰਾਂਟ ਆ ਜਾਣ ਔਗੜ ਵਰਸੀ ਕੰਡਿਆਲ ਖੋਸਾ ਕੋਟਲਾ ਤੇ ਖੁਖਰਾਣਾ ਰਸੂਲਪੁਰ ਤੇ ਧੱਲੇ ਕੇ ਆ ਵੇਟਰ ਵੀਰ ਪਹੁੰਚੇ ਯਾਰ ਇੱਕ ਵੇਟਰ ਵੀਰ ਨੂੰ ਬੇਨਤੀ ਆ ਟਰਾਲੀ ਵਾਲੀ ਸਟੇਜ ਤੇ ਪਹੁੰਚੇ ਇੱਕ ਵੇਟਰ ਵੀਰ ਔਗੜ ਤੇ ਕੰਡਿਆਲ ਪਿੰਡ ਦੀਆਂ ਟੀਮਾਂ ਜਲਦੀ ਨਾਲ ਖੇਡ ਦੇ ਮੈਦਾਨ ਚ ਆ ਜਾਣ ਨਾਲ ਹੀ ਧੱਲੇ ਕੇ ਤੇ ਰਸੂਲਪੁਰ ਨੇ ਖੇਡਣਾ ਖੋਸਾ ਕੋਟਲਾ ਤੇ ਖੁਖਰਾਣੇ ਪਿੰਡ ਦਾ ਮੈਚ ਹੋਵੇਗਾ ਗੱਲਾਂ ਖੇਡ ਕਬੱਡੀ ਦੀਆਂ ਹੋਣਗੀਆਂ ਕਿ ਧੰਨਵਾਦ ਹੈ ਉਸ ਪਰਮਾਤਮਾ ਦਾ ਜੀ ਨੇ ਮਿੱਟੀ ਦੇ ਜਿਸਮ ਨੂੰ ਜਾਨ ਬਖਸ਼ੀ ਤੇ ਕੁਝ ਸੋਚਣ ਦੇ ਲਈ ਦਿਮਾਗ ਦਿੱਤਾ ਕੁਝ ਬੋਲਣ ਦੇ ਲਈ ਜ਼ਬਾਨ ਬਖਸ਼ੀ ਇੱਕ ਵਤਨ ਸਾਨੂੰ ਪੰਜਾਬ ਦਿੱਤਾ ਤੇ ਉਸ ਤੋਂ ਵੱਖਰੀ ਹੈ ਸਾਨੂੰ ਪਹਿਚਾਣ ਬਖਸ਼ੀ ਜਿੱਥੇ ਜਾਈਦਾ ਲੋਕ ਸਾਨੂੰ ਸਲਾਮ ਕਰਦੇ ਬਾਬੇ ਨਾਨਕ ਨੇ ਇੰਨੀ ਹੈ ਸ਼ਾਨ ਬਖਸ਼ੀ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਇੰਨੀ ਹੈ ਸ਼ਾਨ ਬਖਸ਼ੀ ਆਗੜ ਦੇ ਕੰਡਿਆਲ ਪਿੰਡ ਨੂੰ ਸਿਰਫ ਇੱਕ ਮਿੰਟ ਦਾ ਸਮਾਂ ਜਿਹੜਾ ਅਸੀਂ ਦੇ ਰਹੇ ਹਾਂ ਸਿਰਫ ਇੱਕ ਮਿੰਟ ਦਾ ਸਮਾਂ ਉੱਪਰ ਤੇ ਕੰਡਿਆਲ ਖੋਸਾ ਕੋਟਲਾ ਤੇ ਖੁਖਰਾਣਾ ਰਸੂਲਪੁਰ ਤੇ ਧੱਲੇ ਕੇ ਪੁਰਾਣੇ ਵਾਲਾ ਬੀ ਤੇ ਰੌਲੀ ਪੁਰਾਣੇ ਵਾਲਾ ਏ ਤੇ ਤਲਵੰਡੀ ਭਗੇਰੀਆਂ ਪਿੰਡ ਦੀਆਂ ਟੀਮਾਂ ਦੇ ਦਰਮਿਆਨ ਜਿਹੜੇ ਮੈਚ ਖੇਡੇ ਜਾਣੇ ਹੈ ਮੇਰੇ ਵੀਰੇ ਦੋਨੋਂ ਟੀਮਾਂ ਜਿਹੜੀਆਂ ਜਲਦੀ ਨਾਲ ਖੇਡ ਦੇ ਮੈਦਾਨ ਚ ਆ ਜਾਣ ਆਗੜ ਵਰਸੀ ਕੰਡਿਆਲ
ਹਰਦੀਪ ਵੀਰ, ਹਰਦੀਪ ਬਾਈ, ਹਰਦੀਪ ਯਾਰ ਟੀਮਾਂ ਬੁਲਾ ਮੇਰਾ ਵੀਰ, ਟੀਮਾਂ ਬੁਲਾ ਮੇਰਾ ਵੀਰ, ਟੀਮਾਂ ਔਗੜ ਦੇ ਕੰਡਿਆਲ ਨੂੰ ਬੜੇ ਚਿਰ ਦੀਆਂ ਆਵਾਜ਼ਾਂ ਮਾਰ ਰਹੇ ਹਾਂ। ਔਗੜ ਦੇ ਕੰਡਿਆਲ ਮੇਰੇ ਵੀਰ ਬਾਰ ਬਾਰ ਨਾ ਬੇਨਤੀਆਂ ਕਰਾਓ, ਗਰਾਊਂਡਾਂ ਖਾਲੀ ਪਈਆਂ, ਮੈਚ ਸ਼ੁਰੂ ਕਰਾਉਣੇ ਆ। ਹਾਂਜੀ, ਸਾਡੇ ਜਿਹੜੇ ਸਿਕਿਉਰਿਟੀ ਵਾਲੇ ਵੀਰ ਅਸੀਂ ਬੁਲਾਏ ਹੈ, ਇਹਨਾਂ ਨੂੰ ਸਾਡੀ ਕਮੇਟੀ ਵੱਲੋਂ ਜਿਵੇਂ ਅਸੀਂ ਹੁਕਮ ਦਿੱਤੇ ਉਵੇਂ ਉਹ ਵੀਰ ਜਿਹੜੇ ਕੰਮ ਕਰ ਰਹੇ ਹੈ, ਤੇ ਕੋਈ ਵੀਰ ਜਿਹੜਾ ਇਹਨਾਂ ਦੇ ਕੰਮ ਦੇ ਵਿੱਚ ਦਖਲ ਨਾ ਦੇਵੇ। ਨਿੱਕਾ ਨਿੱਕਾ ਕਬੱਡੀ ਖਿਡਾਰੀ ਟਰਾਲੀ ਵਾਲੀ ਸਟੇਜ ਤੇ ਪਹੁੰਚੇ, ਨਿੱਕੇ ਵੀਰ ਟਰਾਲੀ ਵਾਲੀ ਸਟੇਜ ਤੇ ਪਹੁੰਚ ਮੇਰਾ ਵੀਰ। ਔਗੜ ਤੇ ਕੰਡਿਆਲ ਦੋਨੋਂ ਟੀਮਾਂ ਜਲਦੀ ਤੋਂ ਜਲਦੀ ਕੱਪੜੇ ਉਤਾਰ ਕੇ ਖੇਡ ਦੇ ਮੈਦਾਨ ਚ ਆ ਜਾਣ। ਹਾਂਜੀ ਬਿੰਦਾ ਜੀ, ਆਪਾਂ ਆਵਾਜ਼ ਮਾਰੀ ਹੈ ਔਗੜ ਤੇ ਕੰਡਿਆਲ ਨੂੰ, ਤੁਸੀਂ ਮੜਾ ਕੈੜੇ ਜੇ ਕਰਕੇ ਕਹੋ ਔਗੜ ਤੇ ਕੰਡਿਆਲ, ਔਗੜ ਤੇ ਕੰਡਿਆਲ, ਔਗੜ ਵਾਸਸ ਕੰਡਿਆਲ ਨੂੰ ਬੜੇ ਟੀਮ ਬੜਾ ਚਿਰ ਹੋ ਗਿਆ ਅਸੀਂ ਆਵਾਜ਼ਾਂ ਮਾਰ ਰਹੇ ਹਾਂ। ਜੇ ਟੀਮਾਂ ਪਹੁੰਚੀਆਂ ਜਾਂ ਨਹੀਂ ਪਹੁੰਚੀਆਂ ਇਨਫੋਰਮ ਕਰਨ ਸਾਨੂੰ, ਗਰਾਊਂਡਾਂ ਵੇਲੀਆਂ ਪਈਆਂ। ਔਗੜ ਵਾਸਸ ਕੰਡਿਆਲ, ਮੇਰੇ ਵੀਰ ਇੰਨੀਆਂ ਮਿਹਨਤਾਂ ਨਾ ਕਰਾਓ ਯਾਰ, ਜਲਦੀ ਤੋਂ ਜਲਦੀ ਔਗੜ ਵਰਸਸ ਕੰਡਿਆਲ ਬਾਰ ਬਾਰ ਨਾ ਘੁਆਓ ਯਾਰ ਪਲੀਜ਼। ਔਗੜ ਤੇ ਕੰਡਿਆਲ ਅਸੀਂ ਬਾਰ ਬਾਰ ਬੇਨਤੀਆਂ ਕਰ ਰਹੇ ਹਾਂ, ਟੀਮਾਂ ਗਰਾਊਂਡ 'ਚ ਕਿਉਂ ਨਹੀਂ ਆ ਰਹੀਆਂ? ਅਸੀਂ ਤੁਹਾਨੂੰ ਬਾਰ ਬਾਰ ਬੋਲੀ ਜਾਂਦੇ ਹਾਂ, ਤੁਸੀਂ ਗਰਾਊਂਡ 'ਚ ਨਹੀਂ ਆ ਰਹੇ, ਪਲੇਅਰ ਕੋਈ ਵਧੀਆ ਰਿਸਪੌਂਸ ਨਹੀਂ ਦੇ ਰਹੇ। ਔਗੜ ਤੇ ਕੰਡਿਆਲ ਪਿੰਡ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਜਲਦੀ ਨਾਲ ਪਲੇਅਰ ਜਿਹੜੇ ਕਰ ਤਿਆਰੀਆਂ ਖੇਡ ਦੇ ਮੈਦਾਨ ਦੇ ਵੱਲੋਂ ਆ ਜਾਣ। ਔਗੜ ਵਰਸਿਸ ਕੰਡਿਆਲ, ਔਗੜ ਤੇ ਕੰਡਿਆਲ ਨਾਲ ਹੀ ਖੋਸਾ ਕੋਟਲਾ ਤੇ ਖੁਖਰਾਣਾ
ਧੱਲੇ ਕੇ ਤੇ ਰਸੂਲਪੁਰ ਔਰ ਨਾਲ ਹੀ ਪੁਰਾਣੇ ਵਾਲਾ ਬੀ ਤੇ ਰੌਲੀ ਪੁਰਾਣੇ ਵਾਲਾ ਏ ਤੇ ਤਲਵੰਡੀ ਭੰਗੇਰੀਆਂ ਇਹ ਸਾਰੀਆਂ ਟੀਮਾਂ ਆਪੋ ਆਪਣੇ ਮੈਚਾਂ ਦੇ ਮੁਤਾਬਕ ਹੀ ਗਰਾਊਂਡ ਜਾਣਗੀਆਂ। ਔਗੜ ਦੇ ਕੜਿਆਲ ਦੀ ਟੀਮ ਕਿਉਂ ਨੀ ਪਹੁੰਚ ਰਹੀ ਆ ਸਾਨੂੰ ਕਿਉਂ ਨੀ ਦੱਸ ਰਹੇ ਖਿਡਾਰੀ ਵੀਰ? ਔਗੜ ਤੇ ਕੜਿਆਲ ਦੋਨੋਂ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਤੇ ਆ ਜਾਣ। ਖੋਸਾ ਕੋਟਲਾ ਤੇ ਖੁਖਰਾਣਾ ਰਸੂਲਪੁਰ ਤੇ ਧੱਲੇ ਕੇ ਪੁਰਾਣੇ ਵਾਲਾ ਬੀ ਤੇ ਰੌਲੀ ਪੁਰਾਣੇ ਵਾਲਾ ਏ ਤੇ ਤਲਵੰਡੀ ਭੰਗੇਰੀਆਂ ਇਹ ਟੀਮਾਂ ਜਲਦੀ ਤੋਂ ਜਲਦੀ ਜਿਹੜੀਆਂ ਗਰਾਊਂਡ 'ਚ ਆ ਜਾਣ। ਵੀਰੇ ਔਗੜ ਤੇ ਕੰਡਿਆਲ ਨੇ ਖੇਡਣਾ ਕਿ ਨਹੀਂ? ਮੈਨੂੰ ਯਾਰ ਅੱਧਾ ਘੰਟਾ ਹੋ ਗਿਆ ਬਾਜਾ ਮਾਰਦੇ ਨੂੰ ਤੁਸੀਂ ਗਰਾਊਂਡ 'ਚ ਨਹੀਂ ਆ ਰਹੇ, ਮਾੜੀ ਗੱਲ ਆ ਤੁਹਾਡੇ ਵਾਸਤੇ। ਹਰਦੀਪ ਵੀਰੇ ਪਹਿਲੀ ਟੀਮ ਦੀ ਰੇਡ ਅਨਾਊਂਸ ਕਰ ਦੇ। ਹਾਂਜੀ, ਜਿਹੜੀ ਟੀਮ ਪੂਰੀ ਗਰਾਊਂਡ 'ਚ ਪਹਿਲਾਂ ਆਉਂਦੀ ਉਹਦੀ ਪਹਿਲੀ ਰੇਡ ਹੈ। ਸਾਡੇ ਅੰਪਾਇਰ ਵੀਰ ਜਿਹੜੇ ਗਰਾਊਂਡ 'ਚ ਆ ਗਏ ਨੇ, ਸਾਡਾ ਵੀਰ ਜੀਤਾ ਤੇ ਨਾਲ ਸਾਡਾ ਵੀਰ ਦੀਪਕ ਮਾਲਾਵਾਲਾ ਬਿੱਲਾ ਗੱਲ ਫਣ ਸਿੰਘ ਪਿੰਡ ਦਾ। ਗੱਲ ਕਰਾਂਗੇ ਦਿਆਲਪੁਰੇ ਪਿੰਡ ਦੇ ਦੇਵ ਦੀ। ਮਨੀ ਧੂੜਵਾਲਾ ਆਵੇਗਾ, ਡੈਣੀ ਦਿੜਬੇ ਵਾਲਾ ਸਾਡਾ ਵੀਰ। ਵੀਰ ਜੀ ਟੀ ਸ਼ਰਟਾਂ ਬਾਹਰ ਲਾਉਣੀਆਂ, ਕੰਡਿਆਲ ਵਾਲਿਆ ਵੀਰੇ ਮੱਥਾ ਟੇਕ ਕੇ ਬਾਹਰ ਆ ਜਾ, ਟੀ ਸ਼ਰਟ ਬਾਹਰ ਲਾ ਦੇ। ਬੇਨਤੀ ਆ ਸਾਡੇ ਸਿਕਿਉਰਿਟੀ ਵਾਲੇ ਵੀਰਾਂ ਵੱਲੋਂ, ਜੋ ਟੀ ਸ਼ਰਟਾਂ ਵੀਰੇ ਬਾਹਰ ਲਾਉਣੀਆਂ, ਟੀ ਸ਼ਰਟ ਜਿਹੜੀਆਂ ਤੁਸੀਂ ਬਾਕਸ ਅਸੀਂ ਤੁਹਾਡੇ ਵਾਸਤੇ ਬਹੁਤ ਵੱਡਾ ਬਾਕਸ ਬਣਾਇਆ, ਇੱਥੇ ਜਿਹੜੇ ਤੁਸੀਂ ਆਪੋ ਆਪਣੇ ਕੱਪੜੇ ਲਾਉਣੇ ਆ, ਜੇ ਕੋਈ ਤੁਹਾਡੀ ਕਿੱਟ ਵਗੈਰਾ ਕੋਈ ਸਮਾਨ ਆ ਉਹ ਤੁਸੀਂ ਸਿਕਿਉਰਿਟੀ ਵਾਲੇ ਵੀਰ ਨੂੰ ਫੜਾ ਦੇਣਾ, ਇਹ ਬੇਨਤੀ ਹੈ। ਖੇਡ ਕਬੱਡੀ ਦੇ ਨਿਯਮ ਜਿਹੜੇ ਇਨ ਬਿਨ ਲਾਗੂ ਨੇ ਖੇਡ ਦੇ ਮੈਦਾਨ ਦੇ ਵਿੱਚ, ਮੇਰੀ ਬੇਨਤੀ ਟੀਮਾਂ ਜਿਹੜੀਆਂ ਕੰਡਿਆਲ ਪਿੰਡ ਦੀ ਟੀਮ ਆ ਗਈ ਅਤੇ ਔਗੜ ਪਿੰਡ ਦੀ ਟੀਮ ਜਲਦੀ ਨਾਲ ਕਰਕੇ ਤਿਆਰੀਆਂ ਖੇਡ ਦੇ ਮੈਦਾਨ ਦੇ ਵੱਲੋਂ ਆਵੇ, ਮੇਰੀ ਬੇਨਤੀ ਹੈ। ਜਿੱਥੇ ਸਵਰਗਵਾਸੀ ਜਗਮੋਹਨ ਸਿੰਘ ਦੀ ਗਿੱਲ ਅਮਰੀਕਾ ਵਾਲੇ ਸਾਡੇ ਬਾਈ ਥਾਣੇ ਜੀ, ਉਹਨਾਂ ਥਾਣਾ ਸਾਡਾ ਵੀਰ, ਉਹਨਾਂ ਦੇ ਫਾਦਰ ਸਾਹਿਬ, ਇਹਨਾਂ ਦੇ ਪਰਿਵਾਰ ਬਣਿਓ, 51,000 ਰੁਪਇਆ ਕਬੱਡੀ ਓਪਨ ਦਾ ਪਹਿਲਾ ਨਾਮ ਦਿੱਤਾ ਜਾਣਾ ਹੈ। ਗੁਰਮੀਤ ਸਿੰਘ ਦੀ ਜੌਹਰ ਤੇ ਗੁਰਵਿੰਦਰ ਸਿੰਘ ਦੀ ਸੰਧੂ, ਵਿਸ਼ਾਲ ਭਾਰਤ ਟਰਾਂਸਪੋਰਟ ਦੁਬਈ ਵਾਲੇ, ਇਹਨਾਂ ਵੱਲੋਂ 31,000 ਰੁਪਏ ਓਪਨ ਕਬੱਡੀ ਦਾ ਸੈਕਿੰਡ ਪ੍ਰਾਈਜ਼ ਦਿੱਤਾ ਜਾਣਾ ਹੈ। ਔਰ ਕਬੱਡੀ 70 ਕਿਲੋ ਦਾ ਪਹਿਲਾ ਨਾਮ ਮਨਦੀਪ ਸਿੰਘ ਦੀ ਗਿੱਲ ਆਸਟ੍ਰੇਲੀਆ, ਪੁੱਤਰ ਸਰਦਾਰ ਸੁਖਵਿੰਦਰ ਸਿੰਘ ਦੀ ਖਾਲਸਾ, ਇਹਨਾਂ ਵੱਲੋਂ ਪਹਿਲਾ ਨਾਮ 21,000 ਰੁਪਏ ਦਿੱਤਾ ਜਾਣਾ ਹੈ। 70 ਕਿਲੋ ਭਾਰਤ ਅਤੇ ਦੂਜਾ ਪ੍ਰਾਈਜ ਸਰਦਾਰ ਹਰਦਿਆਲ ਸਿੰਘ ਦੀ ਗਿੱਲ ਪ੍ਰਧਾਨ ਜਗਤ ਸੇਵਕ ਗਰਲ ਕਾਲਜ, ਇਹਨਾਂ ਵੱਲੋਂ 70 ਕਿਲੋ ਦਾ ਸੈਕਿੰਡ ਪ੍ਰਾਈਜ਼ 16,000 ਰੁਪਏ ਦਿੱਤਾ ਜਾਣਾ ਹੈ। ਔਰ ਸਵਰਗਵਾਸੀ ਜੀਤ ਸਿੰਘ ਦੀ ਗਿੱਲ ਤੇ ਸਵਰਗਵਾਸੀ ਪੁੱਤਰ ਸਰਦਾਰ ਸੇਵਾ ਸਿੰਘ ਦੀ ਗਿੱਲ, ਸੁਖਜਿੰਦਰ ਸਿੰਘ ਦੀ ਗਿੱਲ ਗੁੱਲੂ USA, ਸਰਦਾਰ ਲਕਸ਼ਮਣ ਸਿੰਘ ਦੀ ਗਿੱਲ, ਸਰਦਾਰ ਗੁਰਜੰਟ ਸਿੰਘ ਦੀ ਗਿੱਲ ਪੱਪੂ USA, ਇਹਨਾਂ ਦੇ ਪਰਿਵਾਰ ਵੱਲੋਂ, ਔਰ ਨਿਰਮਲ ਸਿੰਘ ਦੀ ਗਿੱਲ ਕੈਨੇਡਾ, ਇਹਨਾਂ ਦੇ ਪਰਿਵਾਰ ਵੱਲੋਂ 60 ਕਿਲੋ ਭਾਰ ਦੇ ਦੋਨੋਂ ਪ੍ਰਾਈਜ਼ ਜਿਹੜੇ ਦਿੱਤੇ ਜਾਣੇ ਆ, ਵੱਡਾ ਧੰਨਵਾਦ ਹੈ ਨਾਲ ਹੀ। ਔਰ ਇਹਨਾਂ ਵੀਰਾਂ ਦਾ ਵੀ ਜਿਹੜੇ ਵੱਡੇ ਧੰਨਵਾਦ ਨੇ, ਹੋਰ ਵੀ ਜਿਹੜੇ ਦਾਨੀ ਸੱਜਣਾ ਨੇ ਸਾਡੀ ਕਲੱਬ ਨੂੰ,
ਮਾਇਆ ਦੇ ਗੱਫੇ ਦੇ ਕੇ ਨਵਾਜਿਆ ਸਭ ਦੇ ਨਾਂ ਜਿਹੜੇ ਅਸੀਂ ਸਾਂਝੇ ਕਰਦੇ ਜਾਣੇ ਹੈ। ਕੰਡਿਆਲ ਦੀ ਟੀਮ ਆ ਗਈ ਹੈ ਤੇ ਔਗੜ ਪਿੰਡ ਦੀ ਟੀਮ ਜਿਹੜੀ ਜਲਦੀ ਦੇ ਨਾਲ ਖੇਡ ਦੇ ਮੈਦਾਨ ਦੇ ਵਿੱਚ ਪਹੁੰਚ ਜਾਵੇ। ਕੰਡਿਆਲ ਦੀ ਟੀਮ ਆ ਗਈ ਹੈ, ਔਗੜਾਂ ਦੀ ਟੀਮ ਜਿਹੜੀ ਜਲਦੀ ਨਾਲ ਖੇਡ ਦੇ ਮੈਦਾਨ 'ਚ ਆ ਜਾਵੇ। ਮੇਰੀ ਬੇਨਤੀ ਹੈ ਕਿ ਖਾਲਸਾ ਪੰਥ ਸਜਾਉਂਦਾ ਜੇ ਕਿਤੇ ਬਾਜਾਂ ਵਾਲਾ ਨਾ ਨਾਮ ਆਪਣੇ ਨਾਲ ਸਿੰਘ ਤੇ ਕੌਰ ਸੀ ਕੌਣ ਲਗਾ ਸਕਦਾ। ਗੁਰੂ ਤੇਗ ਬਹਾਦਰ ਦਿੱਲੀ ਵਿੱਚ ਸ਼ਹੀਦੀ ਨਾ ਪਾਉਂਦੇ ਤੇ ਅੱਜ ਕੋਈ ਵੀ ਧਰਮ ਨਾ ਆਪਣਾ ਕੋਈ ਤਿਉਹਾਰ ਮਨਾ ਸਕਦਾ। ਸੁੱਖਾ ਸਿੰਘ ਮਹਿਤਾਬ ਸਿੰਘ ਨਾਲ ਜੇ ਵੱਢਦੇ ਮੱਸੇ ਨੂੰ ਤੇ ਮੱਥਾ ਟੇਕਣ ਅੰਮ੍ਰਿਤਸਰ ਸਿੰਘ ਕੋਈ ਨਾ ਜਾ ਸਕਦਾ। ਭਗਤ ਸਿੰਘ ਸਰਦਾਰ ਜਹੇ ਨਾ ਜੇ ਚੁੰਮਦੇ ਫਾਂਸੀ ਨੂੰ ਨਾ ਫੌਜ ਚ ਹੁੰਦੇ ਪੰਜਾਬੀ ਇਹ ਸੱਚੀ ਦੇਸ਼ ਨਾ ਹੁੰਦਾ। ਲੰਘਿਆਣੀਆਂ ਜੋਧਿਆਂ ਹੁੰਦੀ ਸੁਣ ਸਾਰਿਆਂ ਦੀ ਜੇ ਕਲਗੀਧਰ ਗੁਰੂ ਗੋਬਿੰਦ ਸਿੰਘ ਦਸ਼ਮੇਸ਼ ਨਾ ਹੁੰਦਾ। ਜੇ ਕਲਗੀਧਰ ਗੁਰੂ ਗੋਬਿੰਦ ਸਿੰਘ ਦਸ਼ਮੇਸ਼ ਨਾ ਹੁੰਦਾ। ਔਗੜ ਦੀ ਟੀਮ ਜਲਦੀ ਨਾਲ ਗ੍ਰਾਉਂਡ ਜਾਵੇ, ਕੰਡਿਆਲ ਪਹੁੰਚ ਚੁੱਕੀ ਹੈ। 2 ਮਿੰਟ ਦੇ ਦੇ ਬਾਈ, ਔਗੜ ਦੀ ਟੀਮ ਨੂੰ 2 ਮਿੰਟ ਦਿੰਨੇ ਆ ਬਾਈ ਜੀ, 2 ਮਿੰਟ ਦੇ ਵਿੱਚ ਪਹੁੰਚੋ। ਔਗੜ ਦੀ ਟੀਮ ਨੂੰ 2 ਮਿੰਟ ਦਿੱਤੇ ਜਾਂਦੇ ਆ, 2 ਮਿੰਟ ਦੇ ਵਿੱਚ ਗਰਾਊਂਡਾਂ ਵੱਲ ਪਹੁੰਚੋ। ਜੇ ਕੋਈ ਪ੍ਰੋਬਲਮ ਆ ਤਾਂ ਆ ਕੇ ਆ ਸਟੇਜ ਤੇ ਦੱਸੋ। ਇੱਕ ਬੰਦਾ ਉਹਨਾਂ ਦਾ ਕੰਡਿਆਲ ਦੀ ਟੀਮ ਬੜੇ ਚਿਰ ਤੋਂ ਵੇਟ ਕਰ ਰਹੀ ਹੈ ਤੁਹਾਡੀ। ਹਰਦੀਪ ਵੀਰ, ਹਰਦੀਪ ਔਗੜ ਦੀ ਟੀਮ ਨੂੰ ਬਾਰ ਬਾਰ ਬੇਨਤੀਆਂ ਕਰ ਰਿਹਾ ਯਾਰ, ਕੰਡਿਆਲ ਦੇ ਨੌਜਵਾਨ ਪਹੁੰਚ ਚੁੱਕੇ ਆ, ਤੁਹਾਡੀ ਵੇਟ ਕਰ ਰਹੇ ਆ। ਔਗੜ ਵਾਲੇ ਅਸੀਂ ਕੱਟਣ ਲੱਗੇ ਯਾਰ, ਤੁਹਾਨੂੰ ਘੰਟਾ ਹੋ ਗਿਆ, ਅਸੀਂ ਪੰਜਾਬੀ ਚ ਬਾਜਾ ਮਾਰਦੇ ਆ। 1 ਮਿੰਟ ਦਾ ਟਾਈਮ ਹਰਦੀਪ ਬਸ ਇਹਨਾਂ ਕੋਲੇ, ਸਾਨੂੰ ਯਾਰ ਬਾਹਰੋਂ ਫੋਨ ਆਈ ਜਾਂਦੇ, ਲਾਈਵ ਚੱਲੀ ਜਾਂਦਾ ਸਾਡੇ ਇੱਥੇ ਤੇ ਤੁਸੀਂ ਗੱਲ ਹੀ ਨਹੀਂ ਸੁਣਦੇ ਕਿਸੇ ਦੀ। ਹਾਂਜੀ, ਇਸ ਤੋਂ ਬਾਅਦ ਖੋਸਾ ਕੋਟਲਾ ਦੇ ਖੁਖਰਾਣਾ ਆਓ ਜੀ। ਬਿੱਲਾ ਗਾਲਮ ਜੀ 1 ਮਿੰਟ ਦਾ ਸਮਾਂ ਨੋਟ ਕਰ ਲਓ ਘੜੀ ਤੇ, 1 ਮਿੰਟ ਤੋਂ ਬਾਅਦ ਅਸੀਂ ਔਗੜ ਦੀ ਟੀਮ ਕੱਟ ਦੇਣੀ ਹੈ। 1 ਮਿੰਟ ਬਾਅਦ ਔਗੜ ਦੀ ਟੀਮ ਕੱਟ ਦਿੱਤੀ ਜਾਣੀ ਆ, ਅਗਲੀਆਂ ਟੀਮਾਂ ਅਨਾਊਂਸ ਕਰ ਦਿੱਤੀਆਂ, ਉਹ ਗਰਾਊਂਡਾਂ ਵੱਲ ਪਹੁੰਚੋ। ਔਗੜ ਦੀ ਟੀਮ ਦਾ ਕੰਡਿਆਲ ਦੇ ਖਿਡਾਰੀ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਆ। ਦਰਸ਼ਕ ਵੀਰ ਆ ਗਏ,
ਦਰਸ਼ਕ ਵੀਰ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ, ਲਾਈਵ ਚੱਲ ਰਿਹਾ ਪ੍ਰੋਗਰਾਮ ਯਾਰ। ਜੋਗੜ ਦੀ ਟੀਮ ਆਸੇ ਪਾਸੇ ਆ ਰਹੀ ਹੈ ਤਾਂ ਹੱਥ ਖੜਾ ਕਰੋ ਯਾਰ। ਤੀਹ ਸੈਕਿੰਡ ਰਹਿ ਗਏ ਬਾਈ ਜੀ, ਔਗੜ ਦੀ ਟੀਮ ਕੋਲ 30 ਸੈਕਿੰਡ ਰਹਿ ਗਿਆ। ਮੁੜ ਕੇ ਇਤਰਾਜ ਨਾ ਕਰਿਓ ਜੇ ਕੜਿਆਲ ਜੇਤੂ ਕਰਾਰ ਦੇਤੀ ਤਾਂ। ਹਰਦੀਪ ਅਗਲੀਆਂ ਟੀਮਾਂ ਅਨਾਊਂਸ ਕਰ ਵੀਰੇ। ਬਾਈ ਜੀ ਅਸੀਂ ਔਗੜ ਦੀ ਟੀਮ ਕੱਟਤੀ ਹੈ, ਹੁਣ ਜਿਹੜੇ ਪਲੇਅਰ ਗਰਾਊਂਡ 'ਚ ਨਾ ਆਉਣ, ਮੇਰੀ ਬੇਨਤੀ ਹੈ ਟੀਮ ਜਿਹੜੀ ਖੁਖਰਾਣਾ ਤੇ ਖੋਸਾ ਕੋਟਲਾ, ਬਾਈ ਜੀ ਤੁਸੀਂ ਗਰਾਊਂਡ ਤੇ ਇੱਦਾਂ ਨਹੀਂ ਆਉਣਾ। ਜਿਹੜੀ ਟੀਮ ਜਾਲ ਟੱਪ ਕੇ ਆਉਂਦੀ ਉਹਨਾਂ ਦਾ ਪੁਆਇੰਟ ਕੱਟਣਾ ਜੀ, ਅਮਰਤ ਪੁਆਇੰਟ ਕੱਟਣਾ ਜੀ ਇਹਨਾਂ ਦਾ। ਇੱਕ ਟੀ ਸ਼ਰਟ ਪਾ ਕੇ ਜਿਹੜੇ ਪਲੇਅਰ ਜਾਲ ਟੱਪ ਕੇ ਗਰਾਊਂਡ 'ਚ ਆਉਂਦੇ ਆ, ਜਿਹੜਾ ਗੇਟ ਦੇ ਵਿੱਚ ਨਹੀਂ ਆਉਂਦਾ ਉਹਦਾ ਪੁਆਇੰਟ ਕੱਟਣਾ। ਇਹ ਸਾਡਾ ਪੁਆਇੰਟਾਂ ਵਾਲਾ ਵੀਰ ਨੋਟ ਕਰ ਲਵੇ, ਪੁਆਇੰਟ ਜਿਹੜਾ ਕੱਟਣਾ ਹੈ ਉਹਨਾਂ ਦਾ। ਇੱਕ ਮੇਰੀ ਬੇਨਤੀ, ਇਸ ਤੋਂ ਬਾਅਦ ਖੋਸਾ ਕੋਟਲਾ ਤੇ ਖੁਖਰਾਣੇ ਦੀਆਂ ਟੀਮਾਂ ਜਲਦੀ ਨਾਲ ਪਲੇਅਰ ਜਿਹੜੇ ਖੋਸਾ ਕੋਟਲਾ ਵਰਸਿਜ ਖੁਖਰਾਣਾ, ਨਾਲ ਹੀ ਰਸੂਲਪੁਰ ਤੇ ਧੱਲੇ ਕੇ ਪੁਰਾਣੇ ਵਾਲਾ ਬੀ ਤੇ ਰੌਲੀ, ਪੁਰਾਣੇ ਵਾਲਾ ਏ ਤੇ ਤਲਵੰਡੀ ਭਗੇਰੀਆਂ, ਇਹ ਟੀਮਾਂ ਬਿਨਾਂ ਕਿਸੇ ਦੇਰੀ ਦੇ ਖੇਡ ਦੇ ਮੈਦਾਨ 'ਚ ਪੁੱਜਣਗੀਆਂ। ਸਾਡਾ ਵੀਰ ਜੱਗੂ ਯੂਐਸਏ ਜੀਰੇ ਵਾਲਾ, ਸਾਡਾ ਵੀਰ ਯੂਐਸਏ ਦੇ ਵਿੱਚ ਬੈਠਾ ਬੁੱਲੇ ਕਾਲਮ ਦੀ ਮਿੱਤਰਾਂ ਦੀ ਦੁਨੀਆਂ ਦੇ ਵਿੱਚੋਂ ਆਉਣ ਵਾਲੇ ਜੀਰੇ ਦੇ ਕਬੱਡੀ ਕੱਪ ਦੇ ਗਾਲਮ ਪਿੰਡ ਦੇ ਬੁੱਲੇ ਨੂੰ ਉਸ ਵੀਰ ਵੱਲੋਂ ਮੋਟਰਸਾਈਕਲ ਦਿੱਤਾ ਜਾਣਾ ਹੈ। ਉਹ ਵੀਰ ਵੀ ਫੋਨ ਦੇ ਜ਼ਰੀਏ ਫੋਨ ਬਾਹਰੋਂ ਜਿਹੜਾ ਬੈਠਾ ਫੋਨ ਕਰ ਰਿਹਾ ਹੈ ਤੇ ਸਾਰੀ ਪੈਰਾਮਾਊਂਟ ਸਪੋਰਟਸ ਕਲੱਬ ਨੂੰ ਮੁਬਾਰਕਬਾਦ ਦੇ ਰਿਹਾ ਹੈ। ਵੱਡੇ ਜਿਹੜੇ ਪ੍ਰਬੰਧ ਨੇ ਮੁਬਾਰਕਬਾਦ ਆ ਰਹੀ ਹੈ। ਬਾਹਰੋਂ ਜਿਹੜੇ ਫੋਨ ਕਰ ਰਹੇ ਨੇ ਸਾਡੇ ਵੀਰ, ਅਵਤਾਰ ਰਾੜ ਲੰਗਿਆਣਾ ਹਾਂਗਕਾਂਗ ਦੇ ਵਿੱਚ ਬੈਠਾ ਹੈ, ਜਲੰਧਰ ਸਿੱਧੂ ਹੋਣੀ ਬੈਠੇ ਨੇ ਪੰਜ ਗਰਾਈਆਂ ਵਾਲੇ, ਮੇਰੇ ਵੀਰ ਕੈਨੇਡਾ ਦੇ ਵਿੱਚ ਮੇਜਰ ਸਿੰਘ ਜੀ ਬਰਾੜ ਭਲੂਰ ਵਾਲੇ, ਡੀਐਸਸੀ ਕਬੱਡੀ ਫੈਡਰੇਸ਼ਨ ਅਲਬਰਟਾ ਦੇ ਜਿਹੜੇ ਮੇਨ ਅਹੁਦੇਦਾਰ ਨੇ ਤੇ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਐਡਵੈਂਟਰ ਵਾਲੇ ਸੋਨੀ ਸਵਦੀ ਹੋਣੀ, ਸੋਨੀ ਦਾਦਰੋਣੀ, ਬੈਰੋਕੇ ਦਾ ਤਾਨਾ ਬਦਰੀ ਦਾ ਰਾਜ ਬੈਠਾ ਹੈ। ਅੱਜ ਪੰਜਾਬ ਲਾਈਵ .com ਦੇ ਜ਼ਰੀਏ ਬਾਹਰੋਂ ਫੋਨ ਕਰਕੇ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹੈ। ਸਮੁੱਚੀ ਪੈਰਾਮਾਊਂਟ ਸਪੋਰਟਸ ਕਲੱਬ ਨੂੰ ਮੁਬਾਰਕਬਾਦ ਦਿੱਤੀ ਜਾ ਰਹੀ ਹੈ। ਆਗੜ ਤੇ ਕੰਡਿਆਲ ਪਿੰਡ ਦੀਆਂ ਟੀਮਾਂ ਦੇ ਦਰਮਿਆਨ ਇਸ ਵੇਲੇ ਮੈਚ ਬੜਾ ਤਕੜਾ ਖੇਡਿਆ ਜਾਣਾ ਹੈ ਖੇਡ ਕਬੱਡੀ ਦਾ। ਨਾਲ ਦੀ ਨਾਲ ਅਗਲੀ ਟੀਮ ਖੋਸਾ ਕੋਟਲਾ ਵਰਸਿਜ਼ ਖਖਰਾਣਾ, ਚੱਲਦੇ ਮੈਚ ਦੇ ਵਿੱਚ ਪਹੁੰਚ ਜਾਣ ਟੀਮਾਂ। ਖੋਸਾ ਕੋਟਲਾ ਵਰਸਿਜ਼ ਖਖਰਾਣਾ, ਤੀਜਾ ਮੈਚ ਹੈਗਾ ਅਰਸੂਲਪੁਰ ਵਰਸਿਜ਼ ਧੱਲੇ ਕੇ। ਔਗੜ ਦੀ ਜੇ ਟੀਮ ਆ ਰਹੀ ਹੈ ਤਾਂ ਹੱਥ ਖੜਾ ਕਰ ਦਿਓ ਵੀਰੇ, ਜੇ ਆ ਪਲੇਅਰ ਔਗੜ ਦੇ ਆ ਰਹੇ ਹੈ। ਚਲੋ ਦੂਜਾ ਮੈਚ ਖੋਸਾ ਕੋਟਲਾ ਵਰਸਿਜ਼ ਖਖਰਾਣਾ, ਸਾਢੇ 15-16 ਚੱਲਣਗੇ ਬਾਈ ਜੀ। ਖੋਸਾ ਕੋਟਲਾ ਤੇ ਖੁਖਰਾਣੇ ਪਿੰਡ ਦੀਆਂ ਟੀਮਾਂ ਦੇ ਦਰਮਿਆਨ ਇਸ ਵੇਲੇ ਅਗਲਾ ਮੈਚ ਖੇਡਿਆ ਜਾਣਾ ਖੇਡ ਕਬੱਡੀ ਦਾ। ਮੇਰੇ ਵੀਰ ਟੀਮਾਂ ਜਿਹੜੀਆਂ ਜਲਦੀ ਨਾਲ ਖੇਡ ਦੇ ਮੈਦਾਨ ਦੇ ਵੱਲ ਆਉਣਗੀਆਂ ਕਿ ਕਬੱਡੀ ਦੀ ਬਾਂਹ ਫੜ ਲਈ ਹੈ ਜਦ ਤੋਂ ਸਰਕਾਰ ਨੇ, ਮੀਡੀਆ ਰਾਹੀਂ ਦੇਖ ਲਈ ਹੈ ਸਾਰੇ ਸੰਸਾਰ ਨੇ, ਵਰਲਡ ਕੱਪ ਨੇ ਦਿੱਤਾ ਇਹ ਨਵਾਂ ਮੋੜ ਕਬੱਡੀ ਨੂੰ। ਹੁਣ ਨਾ ਰਹਿ ਗਈ ਕਿਸੇ ਗੱਲ ਦੀ ਥੋੜ ਕਬੱਡੀ ਨੂੰ, ਜੁਗ ਜੁਗ ਜਿਉੜੋ ਮੰਤਰੀ ਜਿਨ੍ਹਾਂ ਇਹ ਰਸਮਾਂ ਤੋਰੀਆਂ ਨੇ, ਐਨ ਆਰ ਆਈ ਨਾਲ ਮਿਲ ਕੇ ਇਹਨੂੰ ਦਿੰਦੇ ਲੋਰੀਆਂ ਨੇ, ਲੰਘਿਆਣੀਆਂ ਜੋਧਿਆ ਇਸ ਮਜਾਜਣ ਵੱਡੀ ਦੀ। ਹੁਣ ਕ੍ਰਿਕਟ ਬਰਾਬਰ ਡਹਿ ਗਈ ਕੁਰਸੀ ਖੇਡ ਕਬੱਡੀ ਦੀ, ਹੁਣ ਕ੍ਰਿਕਟ ਬਰਾਬਰ ਡਹਿ ਗਈ ਕੁਰਸੀ ਖੇਡ ਕਬੱਡੀ ਦੀ। ਮੇਰੇ ਵੀਰ ਅੱਜ ਜਿਹੜੇ ਦੁਨੀਆਂ ਭਰ ਦੇ ਮਹਾਨ ਟਾਪ ਦੇ ਪਲੇਅਰ ਪੁੱਜਣੇ ਹੈ,
ਓਪਨ ਕਬੱਡੀ ਦੀਆਂ ਵੀ ਪੂਰੀਆਂ ਜਿਹੜੀਆਂ ਟਾਪ ਦੀਆਂ ਟੀਮਾਂ ਆਉਣੀਆਂ ਆਗੜ ਤੇ ਇਸ ਵੇਲੇ ਕੰਡਿਆਲ ਪਿੰਡ ਦੀਆਂ ਟੀਮਾਂ ਦੇ ਦਰਮਿਆਨ 70 ਕਿਲੋ ਭਾਰ ਦਾ ਦੂਜੇ ਰਾਊਂਡ ਦਾ ਪਹਿਲਾ ਮੈਚ ਖੇਡਿਆ ਜਾ ਰਿਹਾ ਖੇਡ ਕਬੱਡੀ ਦਾ। ਹਰਦੀਪ ਅਗਲੀਆਂ ਟੀਮਾਂ ਵੀ ਵੀਰੇ ਬੋਲ ਖੋਸਾ ਕੋਟਲਾ ਵਰਸਸ ਖਖਰਾਣਾ ਚੱਲਦੇ ਮੈਚ ਦੇ ਵਿੱਚ ਆ ਜਾ ਕਰੋ ਯਾਰ ਚੱਲਦੇ ਮੈਚ ਦੇ ਵਿੱਚ ਅਗਲੀਆਂ ਟੀਮਾਂ ਖੋਸਾ ਕੋਟਲਾ ਵਰਸਸ ਖਖਰਾਣਾ ਤੀਜਾ ਮੈਚ ਹੈਗਾ ਰਸੂਲਪੁਰ ਵਰਸਸ ਥੱਲੇ ਕੇ ਚੱਲਦੇ ਮੈਚ ਦੇ ਵਿੱਚ ਟੀਮਾਂ ਪਹੁੰਚ ਜਾ ਕਰਨ ਖਿਡਾਰੀ ਵੀ ਪਹੁੰਚ ਚੁੱਕੇ ਆ ਤਾਂ ਮੈਚ ਚਾਲੂ ਕਰਾ ਦਿਓ ਅੰਮ੍ਰਿਤ ਸਾਢੇ 15-16 ਪਹਿਲਾਂ ਤਾਰੀ ਆ ਪਲੇਅਰਾਂ ਨੂੰ ਪਹੁੰਚਦੇ ਕਰੋ ਬਾਈ ਜੀ ਟਾਂਜਾਂ ਨਿਕਲ ਚੁੱਕੀਆਂ ਔਗੜ ਦੀ ਟੀਮ ਨਾਲ ਜੈਦ ਨਾ ਕਰੋ ਗਰਾਊਂਡਾਂ ਚ ਪਹੁੰਚੋ ਤੇ ਨਹੀਂ ਤਾਂ ਕੜਿਆਲ ਨੂੰ ਜੇਤੂ ਕਰਾਰ ਦਿੱਤਾ ਜਾਣਾ ਬਿੱਲੇ ਵੀਰ ਵਿਸਲ ਮਾਰ ਜੇ ਆਉਂਦੀਆਂ ਤਾਂ ਟੀਮਾਂ ਠੀਕ ਆ ਤੇ ਨਹੀਂ ਜੇਤੂ ਕਰਾਰ ਦਿਓ ਦੂਜੀ ਟੀਮ ਜੋ ਵੀ ਫੈਸਲਾ ਹੋਇਆ ਉਸ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਹੋਣਾ ਖਿਡਾਰੀ ਵੀਰਾਂ ਨੂੰ ਬੇਨਤੀ ਆ ਵੀ ਕੋਈ ਕਿਸੇ ਤਰ੍ਹਾਂ ਦਾ ਵੀ ਕਿੰਤੂ ਪ੍ਰੰਤੂ ਨਾ ਕਮੇਟੀ ਦੇ ਨਾਲ ਜਾਂ ਸਟੇਜ ਤੇ ਨਹੀਂ ਹੋਣਾ ਗਾ ਸਾਢੇ 15-16 ਦੇ ਮੈਚ ਖੇਡਿਆ ਜਾ ਰਿਹਾ ਸ਼ੁਰੂ ਕਰਾ ਦੇ ਵੀਰ ਬਿੱਲੇ
ਵੀਰ ਜੇ ਕੋਈ ਇਤਰਾਜ ਆ ਨਾ ਇਤਰਾਜ ਫੀਸ ਜਮਾ ਕਰਾ ਕੇ ਇਤਰਾਜ ਲਾਓ ਤੇ ਮੈਚ ਨਾ ਰੋਕੋ ਮੇਰਾ ਬਿੱਲਾ ਏ ਇਤਰਾਜ ਫੀਸ ਜਮਾ ਕਰਾਓ ਬਾਈ ਇਤਰਾਜ ਲਾਓ ਤੇ ਮੈਚ ਨਾ ਰੋਕੋ ਮੇਰੇ ਵੀਰ ਪਹਿਲਾਂ ਹੀ ਬਹੁਤ ਲੇਟ ਹੈ ਮੈਚ ਲਾਓ ਯਾਰ ਔਗੜ ਤੇ ਕੰਡਿਆਲ ਦੋਨੋਂ ਟੀਮਾਂ ਮੈਚ ਖੇਡਣ ਮੇਰੀ ਬੇਨਤੀ ਹੈ ਇਸ ਤੋਂ ਬਾਅਦ ਖੋਸਾ ਕੋਟਲਾ ਤੇ ਖੁਖਰਾਣਾ ਉਸ ਤੋਂ ਬਾਅਦ ਰਸੂਲਪੁਰ ਤੇ ਧੱਲੇ ਕੇ ਖੇਡਣਗੇ ਕਿੰਨੇ ਵੱਸ ਗਏ ਵਿਦੇਸ਼ਾਂ ਵਿੱਚ ਜਾ ਕੇ ਪੰਜਾਬੀ ਉਹਨਾਂ ਮੁਲਕਾਂ ਦੇ ਵਿੱਚ ਸਾਡੀ ਟੌਹਰ ਹੈ ਨਵਾਬੀ ਕੁਝ ਮਾਲਵੇ ਦੇ ਵਿੱਚੋਂ ਕਈ ਗਏ ਮਾਝੇ ਵਿੱਚੋਂ ਭਾਵੇਂ ਜ਼ਿਆਦਾਤਰ ਲੋਕ ਉੱਥੇ ਗਏ ਨੇ ਦਵਾਬੀ ਤੇ ਲੰਘਿਆਣੀਆਂ ਬੇਅੰਤ ਗੱਲਾਂ ਸੱਚ ਦੱਸਦਾ ਰਹੇ ਰੰਗਲਾ ਪੰਜਾਬ ਚਾਰ ਯੁੱਗ ਵਸਦਾ ਮੇਰਾ ਰੰਗਲਾ ਪੰਜਾਬ ਸਦਾ ਰਹੇ ਵਸਦਾ ਅੱਜ ਰੰਗਲੇ ਪੰਜਾਬ ਦੀ ਰੰਗਲੀ ਧਰਤੀ ਹੈ ਰੰਗਲੇ ਪੰਜਾਬ ਦੀ ਰੰਗਲੀ ਖੇਡ ਖੇਡੀ ਜਾਣੀ ਹੈ ਮੇਰੀ ਬੇਨਤੀ ਹੈ ਔਗੜ ਤੇ ਕੰਡਿਆਲ ਦੋਨੋਂ ਟੀਮਾਂ ਮੈਚ ਖੇਡਣ ਮੇਰੀ ਬੇਨਤੀ ਉਸ ਤੋਂ ਬਾਅਦ ਖੋਸਾ ਕੋਟਲਾ ਤੇ ਖੁਖਰਾਣਾ ਖਿਡਾਰੀ ਵੀਰੋ ਚਲੋ ਯਾਰ ਖਿਡਾਰੀ ਵੀਰਾਂ ਨੂੰ ਬੇਨਤੀ ਆ ਪਹਿਲਾ ਮੈਚ ਹੈ ਕੋਈ ਕੈਂਤੂ ਪ੍ਰਾਂਤੂ ਨਾ ਕਰੋ ਵਾਹਿਗੁਰੂ ਦਾ ਨਾਂ ਲੈ ਕੇ ਸ਼ੁਰੂ ਕਰੋ ਮੈਚ ਬਿੱਲੇ ਸ਼ੁਰੂ ਕਰਾ ਦੇ ਬਾਈ ਖਿਡਾਰੀ ਵੀ ਸੈਂਟਰ ਲਾਈਨ ਤੇ ਪਹੁੰਚ ਜਾਓ ਅਮਰੀਕ ਖੋਸਾ ਕੋਟਲਾ ਹਾਂਜੀ ਬਿੱਲਾ ਗਾਲਮ ਜੀ ਬਿਸਲ ਮਾਰੋ ਜੀ ਮੈਚ ਜਿਹੜਾ ਸ਼ੁਰੂ ਕਰਵਾ ਦਿਓ ਮੇਰੀ ਬੇਨਤੀ ਹੈ ਪੁਆਇੰਟਾਂ ਵਾਲਾ ਵੀਰ ਨੋਟ ਕਰ ਲਈ ਸਾਈਡਾਂ ਇਸ ਵੇਲੇ ਕੰਡਿਆਲ ਪਿੰਡ ਦੀ ਟੀਮ ਚੜ੍ਹਦੇ ਵਾਲੇ ਪਾਸੇ ਆ ਗਈ ਮੇਰੇ ਦਰਸ਼ਕ ਵੀਰੋ ਔਰ ਲਹਿੰਦੇ ਵਾਲੇ ਪਾਸੇ ਟੀਮ ਜਿਹੜੀ ਆਗੜ ਪਿੰਡ ਦੀ ਹੈ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਪਹਿਲੀ ਕਬੱਡੀ ਪਾਉਣ ਦੇ ਲਈ ਕੰਡਿਆਲ ਦੀ ਟੀਮ ਦੀ ਤਰਫੋਂ ਭਿੰਡਰ ਪਿੰਡ ਦੇ ਜੋਤ ਨੇ ਤਿਆਰੀ ਕਰ ਦਿੱਤੀ ਇੱਕ ਵਾਰੀ ਜ਼ੋਰ ਨਾਲ ਤਾੜੀ ਮਾਰ ਦਿਓ ਅੱਜ ਦੇ ਦੂਸਰੇ ਦਿਨ ਦੀ ਪਹਿਲੀ ਰੇਡ ਪੈ ਚੁੱਕੀ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਕਿ ਖੇਡ ਦਾ ਕਬੱਡੀ ਉਹਨੇ ਪਹਿਲੀ ਰੇਡ ਪਾਈ ਹੋਵੇ ਜੱਫਾ ਲਗਾ ਵੇਖ ਤਾੜੀ ਲੋਕਾਂ ਨੇ ਵਜਾਈ ਹੋਵੇ ਇੱਕ ਜ਼ੋਰ ਨਾਲ ਪਹਿਲਾ ਡੇਢ ਅੰਕ ਲੈ ਕੇ ਜਦੋਂ ਆਣ ਹੰਦਿਆਂ ਦੇ ਉੱਤੇ ਖੜਦਾ ਤੇ ਫੇਰ ਦਿਲ ਗੱਭਰੂ ਦਾ ਉੱਡ ਜੋ ਕਰਦਾ ਫੇਰ ਦਿਲ ਗੱਭਰੂ ਦਾ ਜਲਾਲਾਬਾਦ ਪਿੰਡ ਦੇ ਸੋਹਣੇ ਨੇ ਇਸ ਵੇਲੇ ਜੱਫਾ ਲਾ ਦਿੱਤਾ ਹੈ ਤੇ ਪੁਆਇੰਟ ਕਹਿੰਦੇ ਔਗੜ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਪਹਿਲਾ ਡੇਢ ਅੰਕ ਜਿਹੜਾ ਔਗੜ ਦੀ ਟੀਮ ਦੇ ਹਿੱਸੇ ਹੈ ਇਸ ਵੇਲੇ ਦੂਸਰੇ ਰਾਊਂਡ ਦਾ 70 ਕਿਲੋ ਭਾਰ ਦਾ ਪਹਿਲਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਤੇ ਚਾਰ ਜਾਫੀ ਇਸ ਵੇਲੇ ਕੰਡਿਆਲ ਪਿੰਡ ਦੇ ਬਿਲਕੁਲ ਤਿਆਰ ਹੈ ਸੰਤ ਬਾਬਾ ਪਾਲਾ ਸਿੰਘ ਜੀ ਦੀ ਵੱਡੀ ਅਪਾਰ ਕਿਰਪਾ ਮੇਰੇ ਵੀਰ ਕੰਡਿਆਲ ਪਿੰਡ ਤੇ ਚਾਰੇ ਜਾਫੀ ਉਸੇ ਪਿੰਡ ਦੇ ਹੈ ਵੱਜਦੀਆਂ ਪੱਟਾਂ ਤੇ ਥਾਪੀਆਂ ਤੇ ਗੱਲ ਖੇਡ ਮੈਦਾਨ ਦੇ ਵਿੱਚ ਗੱਲ ਰਣ ਸਿੰਘ ਪਿੰਡ ਦੇ ਬਿੱਲੇ ਨੇ ਫੈਸਲਾ ਕਰਨਾ ਇਸ ਪੁਆਇੰਟ ਦਾ ਇਧਰੋਂ ਵੀ ਜਾਫੀ ਨੇ ਚਾੜੀ ਆ ਬਗਲ ਤੇ ਕੈਂਚੀ ਵੱਜ ਗਈ ਹੈ ਵੱਜਦਾ ਪੰਪ ਤੇ ਪੁਆਇੰਟ ਇਸ ਵੇਲੇ ਰੇਡਰ ਦੇ ਹਿੱਸੇ ਜੁੜਦਾ ਹੋਇਆ ਚਮਕਾਰ ਸਾਡਾ ਵੀਰ ਜੌਲ ਡਿਜੀਟਲ ਸਟੂਡੀਓ ਵਾਲਾ ਕੱਲੀ ਕੱਲੀ ਤਸਵੀਰ ਲੈ ਰਿਹਾ ਹੈ ਤੇ ਜਸ ਹੋਣੀ ਸਾਡੇ ਵੀਰ ਪੰਜਾਬ liveone.com ਦੇ ਜ਼ਰੀਏ ਦਿਖਾ ਰਹੇ ਨੇ ਪੂਰੇ ਵਿਸ਼ਵ ਦੇ ਪੁਰਾਣੇ ਵਾਲਦਾ ਹੈ ਦੂਸਰਾ ਸ਼ਾਨਦਾਰ ਪੇਂਡੂ ਖੇਡ ਮੇਲਾ
ਤੇ ਇਸ ਵੇਲੇ ਸਰੀਨਾ ਪਿੰਡ ਹੈ, ਗੁਰਜੀਤ ਨਾਮ ਹੈ ਤੇ ਨੌਜਵਾਨ ਗੱਭਰੂ ਕਬੱਡੀ ਪਾ ਰਿਹਾ ਹੈ। ਚਾਰ ਸਟਾਪਰ ਔਗੜ ਪਿੰਡ ਦੇ ਹੈ, ਤਿੰਨ ਮੋਨਿਆਂ ਤੇ ਇੱਕ ਗਿਆਨੀ ਹੈ। ਕਿਹੜੇ ਗੱਭਰੂ ਨੇ ਲਾ ਕੇ ਜੱਫਾ ਬੱਲੇ ਬੱਲੇ ਕਰਵਾਉਣੀ ਹੈ, ਆਪਾਂ ਗੱਲ ਸਮੇਂ ਦੀ ਕਰਾਂਗੇ। ਇਸ ਵੇਲੇ ਮੁੰਡੇ ਨੇ ਕੀਤਾ ਹਲਕਾ ਜਿਹਾ ਟੱਚ ਤੇ ਜੀਤਾ ਪੁਮਾਲ ਪਿੰਡ ਦਾ ਮਾਰਦਾ ਫਿਸਲ ਤੇ ਅੰਕ ਇਸ ਵੇਲੇ ਧਾਵੀ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਕਿ ਖੇਡਾਂ ਵਿੱਚ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ, ਇਹਦੇ ਵਿੱਚ ਵਸਦੀ ਯਾਰੋ ਜਾਨ ਪੰਜਾਬੀਆਂ ਦੀ, ਵਿੱਚ ਮੈਦਾਨ ਤੇ ਭਿੜਨਾ ਹੁੰਦਾ ਕੰਮ ਦਲੇਰਾਂ ਦਾ, ਆ ਖੇਡ ਕਬੱਡੀ ਖੇਡਣਾ ਸ਼ੌਂਕ ਪੰਜਾਬੀ ਸ਼ੇਰਾਂ ਦਾ। ਪਹਿਲੀ ਵਾਰ ਮਨਸੂਰ ਦੇ ਪਿੰਡ ਦੇ ਅੰਗਰੇਜ਼ ਅਲੀ ਨੇ ਗੱਲਾਂ ਕੀਤੀਆਂ ਕਬੱਡੀ ਦੀਆਂ ਤੇ ਇਸ ਵੇਲੇ ਸਾਹਮਣੇ ਨੌਜਵਾਨ ਗੱਭਰੂ ਕਬੱਡੀ ਪਾ ਰਿਹਾ ਹੈ। ਚਾਰ ਜਾਫੀ ਬਿਲਕੁਲ ਤਿਆਰ ਨੇ ਕੰਡਿਆਲ ਦੀ ਧਰਤੀ ਦੇ ਕਿ ਦੇਖੀ ਘੁੱਬ ਕੇ ਮੈਂ ਭਾਵੇਂ ਸਾਰੀ ਦੁਨੀਆ ਤੇ ਰੋਟੀ ਮਿਲੀ ਨੀ ਪੰਜਾਬ ਦੇ ਤੰਦੂਰ ਵਰਗੀ, ਲੱਕ ਮਾਰਵੀਆਂ ਜੁੱਤੀਆਂ ਅਨੇਕ ਨੇ ਬਣਾਉਂਦੇ ਤੇ ਕਦੇ ਕੱਢੀ ਜੁੱਤੀ ਮਿਲੀ ਨੀ ਕਸੂਰ ਵਰਗੀ, ਜਾਫੀ ਖੇਡ ਦੇ ਅਨੇਕਾਂ ਹੀ ਪੰਜਾਬ ਵਿੱਚ ਦੇਖੇ ਤੇ ਜਾਫ ਦੇਖੀ ਨਹੀਂ ਹੋ ਇੱਕ ਮਹਠੂਰ ਵਰਗੀ, ਲੱਖਾਂ ਬੈਠੇ ਪ੍ਰਮੋਟਰ ਵਿਦੇਸ਼ਾਂ ਵਿੱਚ ਜਾ ਕੇ ਗੱਲ ਬਣੀ ਨਹੀਂ ਹੋ ਜਲੰਧਰ ਸਿੱਧੂ ਅਤੇ ਮੇਜਰ ਭਲੂਰ ਵਰਗੀ ਤੇ ਲੰਗਿਆਣੀਆਂ ਬੇਅੰਤ ਤੋਂ ਵੀ ਲਿਖਦਾ ਹੋਵੇਗਾ ਕਲਮ ਲੱਭਣੀ ਨਹੀਂ ਰਾਜੂ ਦੋਧਾ ਹੂ ਵਰਗੀ। ਇਸ ਵੇਲੇ ਪੁਆਇੰਟ ਜਾਫੀ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਗੱਭਰੂ ਕਰਦਾ ਹੋਇਆ ਤਿਆਰੀ ਕਿ ਆਰੀ 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 ਮਿੱਤਰਾਂ ਦੇ ਪਿੰਡ ਜਾਣ ਦੀ ਮੁੰਡਾ ਕਰਦਾ ਫਿਰੇ ਤਿਆਰੀ। ਹਾਂਜੀ ਤਾਰੀ ਮੈਂਬਰ ਜੀ, ਉਹ ਸਾਡੇ ਭਾਈ ਬਲਜੀਤ ਨੂੰ ਆ ਕੇ ਮਿਲਣ ਤਾਰੀ ਮੈਂਬਰ ਜੀ, ਇਸ ਵੇਲੇ ਸਾਹਮਣੇ ਅਗਲੀਆਂ ਟੀਮਾਂ ਨੂੰ ਬੁਲਾ ਵੀ। ਹਾਂਜੀ ਅਗਲੀਆਂ ਟੀਮਾਂ ਆਪਣੇ ਕੋਲ ਹਾਜ਼ਰ ਨੇ ਖੁਖਰਾਣਾ ਤੇ ਮੇਰੀ ਬੇਨਤੀ ਹੈ ਖੋਸਾ ਕੋਟਲਾ, ਦੋਨੋਂ ਟੀਮਾਂ ਜਿਹੜੀਆਂ ਆਪਣੇ ਕੋਲ ਬਾਕਸ ਦੇ ਵਿੱਚ ਹਾਜ਼ਰ ਨੇ। ਬੱਬੂ ਹੋਣੀ ਆ ਗਏ ਨੇ ਖੁਖਰਾਣੇ ਵਾਲੇ ਖੋਸੇ ਕੋਟਲੇ ਪਿੰਡ ਦੇ, ਕੀਪੇ ਹੋਣੀ ਪਹੁੰਚ ਗਏ ਨੇ, ਅਗਲੀ ਟੀਮ ਰਸੂਲਪੁਰ ਤੇ ਧੱਲੇ ਗਏ ਉਹ ਵੀ ਪਹੁੰਚੋ। ਖੋਸਾ ਕੋਟਲਾ ਤੇ ਖੁਖਰਾਣਾ ਪਹੁੰਚ ਚੁੱਕੀ ਹੈ, ਰਸੂਲਪੁਰ ਤੇ ਧੱਲੇ ਗਏ। ਜਾਫੀ ਇਸ ਵੇਲੇ ਲਾ ਕੇ ਜੱਫਾ ਬੱਲੇ ਬੱਲੇ ਕਰਵਾਉਂਦਾ ਹੋਇਆ ਕੰਡਿਆਲ ਪਿੰਡ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਗੱਭਰੂ ਵਾਧਾ ਹੋਇਆ ਕਿ ਰੀਠੀਆਂ ਦੀ ਝੱਗ ਤੋਂ ਨਾ ਬਣੇ ਮਿਸ਼ਰੀ ਤੇ ਨਾ ਹੀ ਅੱਗ ਦੇ ਪੱਤਿਆਂ ਤੋਂ ਚਾਹ ਬਣਦੀ, ਬੋੜ ਦੀ ਥਾਂ ਬੋੜ ਯਾਰੋ ਟਾਮਾ ਟਾਮਾ ਲੱਗੇ ਤੇ ਘੋੜੀ ਖਚਰੇ ਚ ਵਿਗੜੀ ਬਲਾ ਬਣਦੀ ਤੇ ਬੇਅੰਤ ਬਰਾੜਾ ਕੇਸ ਚੱਲ ਪਏ ਕਚਹਿਰੀ, ਜਿਹੜਾ ਜਿੱਤੇ ਕੋਲੇ ਤੇ ਹਰੇ ਦੀ ਸਵਾਹ ਬਣਦੀ। ਇਸ ਵੇਲੇ ਸਲੀਣੇ ਪਿੰਡ ਦਾ ਗੁਰਜੀਤ ਸਿੰਘ ਕਬੱਡੀ ਪਾ ਰਿਹਾ ਹੈ ਤੇ ਸਾਹਮਣੇ ਜਾਫੀ ਨੇ ਕੀਤੀ ਕੋਸ਼ਿਸ਼ ਤੇ ਪੁਆਇੰਟ ਇਸ ਵੇਲੇ ਜਾਫੀ ਦੇ ਹਿੱਸੇ ਜੁੜਦਾ ਹੋਇਆ ਵੀਰ ਜੀ ਅੰਪਾਇਰ ਦਾ ਫੈਸਲਾ ਜਿਹੜਾ ਅੰਤਮ ਮੰਨਿਆ ਜਾਣਾ ਹੈ। ਪਮਾਲ ਪਿੰਡ ਦਾ ਜੀਤਾ ਇਸ ਵੇਲੇ ਵਿਸਲ ਮਾਰ ਚੁੱਕਿਆ ਹੈ ਵੀ ਅੰਕ ਜਿਹੜਾ ਜਾਫੀ ਦਾ ਕਲੀ ਵਾਲੇ ਵੀਰ ਸਾਡੇ ਵੀ ਰੇਸ਼ਮ ਹੋਣੀ ਜਿਹੜੀਆਂ ਵੱਡੀਆਂ ਜ਼ਿੰਮੇਵਾਰੀਆਂ ਦੇ ਰਹੇ ਨੇ, ਵੱਡਾ ਧੰਨਵਾਦ ਹੈ। ਲਓ ਇਸ ਵੇਲੇ ਫਿਰ ਦੇਖਦਾ ਵੀ ਗੱਭਰੂ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਸਾਹਮਣੇ ਔਗੜਾਂ ਦੀ ਤਰਫੋਂ ਤੇ ਚਾਰ ਸਟਾਪਰ ਇਸ ਵੇਲੇ ਬਿਲਕੁਲ ਤਿਆਰ ਨੇ ਮੇਰੇ ਵੀਰੋ, ਕੰਡਿਆਲ ਦੀ ਧਰਤੀ ਦੇ ਚਾਰ ਜਾਫੀ ਇਸ ਵੇਲੇ ਬਿਲਕੁਲ ਤਿਆਰ ਨੇ। ਕਿਹੜੇ ਗੱਭਰੂ ਨੇ ਜੱਫਾ ਲਾਉਣਾ ਹੈ, ਬੱਲੇ ਬੱਲੇ ਹੋ ਜਾਣੀ ਹੈ ਖੇਡ ਦੇ ਮੈਦਾਨ ਦੇ ਵਿੱਚ। ਮੁੰਡੇ ਨੇ ਰੱਖਿਆ ਧੌਣ ਤੇ ਹੱਥ, ਭਰੀਆਂ ਬਗਲਾਂ, ਗੱਲ ਕਸੂਤੀ ਹੈ, ਕਦੇ ਲੱਦੀ ਲੱਗਦਾ ਕਦੇ ਗੁੱਟ ਫੜਦਾ ਤੇ ਪੁਆਇੰਟ ਇਸ ਵੇਲੇ ਬਿਲਾ ਗੱਲ ਬੜਾ ਆਖ ਰਿਹਾ ਹੈ ਵੀ ਰੇਡਰ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਕਿ ਧਾਵੀ ਦੇ ਲਈ ਭਾਰ ਜ਼ਰੂਰੀ, ਜਾਫੀ ਦੇ ਹੱਥ ਪੱਕੇ, ਵਧੀਆ ਹੈ ਉਹ ਜਾਫੀ ਜਿਹੜਾ ਉੜਦੀ ਰੇਟ ਤਾਈ ਨੱਪੇ, ਉੜਦੀ ਰੇਟ ਤਾਈ ਨੱਪੇ। ਖੋਸਾ ਕੋਟਲਾ ਤੇ ਖੁਖਰਾਣੇ ਦਾ ਅਗਲਾ ਮੈਚ ਖੇਡਿਆ ਜਾਣਾ ਹੈ,
ਪਲੇਅਰ ਆਪਾਂ ਆਪਣੀਆਂ ਟੀ ਸ਼ਰਟਾਂ ਬਾਹਰ ਲਾਉਣ ਕੇ ਮੇਰੀ ਬੇਨਤੀ ਹੈ ਟੀ ਸ਼ਰਟਾਂ ਜਿਹੜੀਆਂ ਪਲੇਅਰਾਂ ਨੇ ਆਪਾਂ ਆਪਣੀਆਂ ਬਾਹਰ ਲਾਉਣੀਆਂ ਲਾ ਇਸ ਵੇਲੇ ਪਿੰਡ ਪਿੰਡ ਦੇ ਜੋਤ ਨੇ ਕਬੱਡੀ ਪਾ ਦਿੱਤੀ ਹੈ ਤੇ ਪੁਆਇੰਟ ਇਸ ਵੇਲੇ ਐਨ ਰੇਡਰ ਦੇ ਹਿੱਸੇ ਜੁੜਦਾ ਹੋਇਆ ਜੋਤ ਭਿੰਡਰਾਂ ਵਾਲਾ ਅੰਕ ਲੈ ਕੇ ਵਾਧਾ ਹੋਇਆ ਕਿ ਬੜੇ ਕਬੱਡੀ ਬੇੜੇ ਬੂਟੇ ਲਾਏ ਭਿੰਡਰਾਂ ਨੇ ਗੇਲਾ ਚਰਨਾ ਤੇ ਬਲਜਿੰਦਰੇ ਹੋਰੀ ਜਾਏ ਭਿੰਡਰਾਂ ਨੇ ਤੇ ਜੱਗਾ ਤੇ ਭੀਰਾ ਜੋੜਾ ਵੀ ਇਸੇ ਪਿੰਡ ਦੀ ਸ਼ਾਨ ਨੇ ਬੀਸੀਐਨ ਨੇ ਵਰਗੇ ਜਾਤੀ ਬੜੇ ਮਹਾਨ ਨੇ ਲੰਘਿਆਣੀਆਂ ਰੱਬ ਦੀ ਇੱਥੇ ਰਹਿਮਤ ਬਾਲੀ ਹੈ ਭਿੰਡਰਾਂ ਦੀ ਧਰਤੀ ਤਾਂ ਜੋਧਿਆ ਕਰਮਾ ਵਾਲੀ ਹੈ ਰੇਸ਼ਮੀਰ ਆਪਾਂ ਇਧਰਲੇ ਪਾਸੋਂ ਕਲੀ ਪਾਵਾਂਗੇ ਜਿਹੜੀ ਲਾਈਨ ਜਿਹੜੀ ਮਿਟ ਚੁੱਕੀ ਹੈ ਇਧਰੋਂ ਕਲੀ ਪਾ ਦੋ ਮੇਰੇ ਵੀਰ ਤੇ ਇਸ ਵੇਲੇ ਜਾਫੀ ਕੰਡਿਆਲ ਵਾਲਾ ਲਾ ਕੇ ਜੱਫਾ ਬੱਲੇ ਬੱਲੇ ਕਰਵਾ ਰਿਹਾ ਤਾੜੀਆਂ ਮਾਰ ਦੇ ਇੱਕ ਵਾਰੀ ਕਿ ਸੀ ਬਲਵਿੰਦਰ ਫਿੱਟਾ ਕੋੜਾ ਲੰਬੀ ਪਾਰੀ ਦਾ ਨਾਲ ਠੰਮੇ ਖੇਡੇ ਕਾਕਾ ਕਾਰੀ ਸਾਰੀ ਦਾ ਲੱਖਾਂ ਦੀ ਗੱਲ ਕਰਦਾ ਲੱਖਾ ਗਾਦੀ ਪੁਰਦਾ ਜੀ ਤੇ ਖਾਲੀ ਹੱਥ ਗੁਰਲਾਲ ਕਦੇ ਨਾ ਪਿੱਛੇ ਮੁੜਦਾ ਜੀ ਬਾਜੇ ਖਾਨੇ ਜਾਇਆ ਸੀ ਹਰਜੀਤ ਬਰਾੜਾ ਦੇ ਖੇਡਣ ਜੋਰਾ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਕਰਮਾ ਤੇ ਬੂਟਾ ਸਾਡਾ ਵੀਰ ਦੋਨੋਂ ਵੀਰ ਜਿਹੜਾ ਅੱਗੇ ਲਾਈਨਮੈਨ ਲੱਗ ਜਾਣ ਬਿੱਲਾ ਗਾਲਬ ਜੀ ਕਹਿ ਰਹੇ ਨੇ ਮੈਂ ਜਿਹੜਾ ਬੜਾ ਤਕੜਾ ਖੇਡਾ ਜਾ ਰਿਹਾ ਹੈ ਕਰਮਾ ਚੱਕਰ ਵਾਲਾ ਤੇ ਬੂਟਾ ਸਾਡਾ ਵੀਰ ਦੋਨੋਂ ਜਿਹੜੇ ਅੰਪਾਇਰ ਵੀਰ ਨੇ ਉਹ ਲਾਈਨਮੈਨ ਦੀਆਂ ਜ਼ਿੰਮੇਵਾਰੀਆਂ ਸਾਂਭ ਲੈਣ ਮੇਰੀ ਬੇਨਤੀ ਹੈ ਸਾਡੇ ਅੰਪਾਇਰ ਵੀਰਾਂ ਨੂੰ ਵੀ ਉਹ ਜਿਹੜੀਆਂ ਲਾਈਨਮੈਨ ਦੀਆਂ ਜ਼ਿੰਮੇਵਾਰੀਆਂ ਸਾਂਭਣ ਕਿਉਂਕਿ ਮੈਚ ਬੜਾ ਇਸ ਵੇਲੇ ਤਕੜਾ ਖੇਡਿਆ ਜਾ ਰਿਹਾ ਹੈ ਅਗਲੀ ਕਬੱਡੀ ਪਾਉਣ ਦੇ ਲਈ ਗੰਭਰੂ ਵੱਧ ਚੁੱਕਿਆ ਹੈ ਖੇਡ ਦੇ ਮੈਦਾਨ ਦੇ ਵਿੱਚ ਸਾਹਮਣੇ ਚਾਰ ਜਾਫੀ ਨੇ ਕੰਡਿਆਲ ਪਿੰਡ ਦੇ ਕਿ ਕਾਲਮਾ ਦਾ ਬੜਾ ਭਲਵਾਨ ਜਾਫੀ ਏ ਸਹਿਦੋਗੇ ਦਾ ਮੱਖਣ ਮਹਾਨ ਜਾਫੀ ਏ ਕੱਢਦੇ ਨੇ ਖੁੱਚ ਮੌਕੇ ਨੂੰ ਨਿਹਾਰ ਕੇ ਤੇ ਸੁੱਟੇ ਬਲਜੀਤ ਕੈਂਚੀ ਤੇਜ ਮਾਰ ਕੇ ਮਾਰੇ ਅਮਰੂ ਜਨੇਦਪੁਰੀ ਦਾ ਜੋਧਿਆ ਫੜਦਾ ਸ਼ਿਕਾਰ ਜਿਵੇਂ ਬਾਜ ਯੋਧਿਆ ਫੜਦਾ ਸ਼ਿਕਾਰ ਜਿਵੇਂ ਬਾਜ ਯੋਧਿਆ ਲਾ ਪੁਆਇੰਟ ਆਗਲਾ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਗੱਭਰੂ ਵਾਧਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਕਿ ਖਾਲਸਾ ਪੰਥ ਸਜਾਉਂਦਾ ਜੇ ਕਿਤੇ ਬਾਜਾਂ ਵਾਲਾ ਤਾਂ ਨਾਮ ਆਪਣੇ ਨਾਲ ਸਿੰਘ ਤੇ ਕੌਰ ਸੀ ਕੌਣ ਲਗਾ ਸਕਦਾ ਗੁਰੂ ਤੇਗ ਬਹਾਦਰ ਦਿੱਲੀ ਵਿੱਚ ਸ਼ਹੀਦੀ ਨਾ ਪਾਉਂਦੇ ਤੇ ਅੱਜ ਕੋਈ ਵੀ ਧਰਮ ਨਾ ਆਪਣਾ ਕੋਈ ਤਿਉਹਾਰ ਮਨਾ ਸਕਦਾ ਤੇ ਸੁੱਖਾ ਸਿੰਘ ਮਹਿਤਾਬ ਸਿੰਘ ਨਾ ਜੇ ਵੱਢਦੇ ਮੱਸੇ ਨੂੰ ਤੇ ਮੱਥਾ ਟੇਕਣ ਅੰਮ੍ਰਿਤਸਰ ਸਿੰਘ ਕੋਈ ਨਾ ਜਾ ਸਕਦਾ ਭਗਤ ਸਿੰਘ ਸਰਦਾਰ ਜਹੇ ਨਾ ਜੇ ਚੁੰਮਦੇ ਫਾਂਸੀ ਨੂੰ ਨਾ ਫੌਜ 'ਚ ਹੁੰਦੇ ਪੰਜਾਬੀ ਇਹ ਸੱਚੀ ਦੇਸ਼ ਨਾ ਹੁੰਦਾ ਲੰਘਿਆਣੀਆਂ ਜੋਧਿਆ ਹੁੰਦੀ ਸੁਨਤ ਸਾਰਿਆਂ ਦੀ ਜੇ ਕੱਲ ਕੀ ਧਰ ਗੁਰੂ ਗੋਬਿੰਦ ਸਿੰਘ ਦਸ਼ਮੇਸ਼ ਨਾ ਹੁੰਦਾ ਜੇ ਕੱਲ ਕੀ ਧਰ ਗੁਰੂ ਗੋਬਿੰਦ ਸਿੰਘ ਦਸ਼ਮੇਸ਼ ਨਾ ਹੁੰਦਾ ਸਾਹਿਬੇ ਕਮਾਲ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਦੀ ਵੱਡੀ ਦੇਣ ਹੈ ਸਿੱਖ ਇਤਿਹਾਸ ਨੂੰ ਲਾਓ ਇਸ ਵੇਲੇ ਸਾਹਮਣੇ ਗੱਭਰੂ ਮੇਰੇ ਵੀਰੋ ਆਗਰ ਪਿੰਡ ਵਾਲਾ ਕਬੱਡੀ ਪਾ ਰਿਹਾ ਹੈ ਤੇ ਮੁੰਡਾ ਕੰਡਿਆਲ ਪਿੰਡ ਵਾਲਾ ਖੁੱਚ ਪੜਦਾ ਹੈ ਲੱਕ ਭਰਿਆ ਹੈ ਖੇਡ ਦੇ ਮੈਦਾਨ ਦੇ ਵਿੱਚ ਕਿ ਜੋਸ਼ ਹੋਸ਼ ਤਕਨੀਕ ਦੀ ਅੱਜ ਕੱਲ ਖੇਡ ਕਬੱਡੀ ਪਈ ਨੇਰੇ ਜ਼ੋਰ ਵਾਲੇ ਨੂੰ ਜਾਫੀ ਢਾ ਹੀ ਜਾਂਦੇ ਨੇ ਤੇਜ ਨਿਗਾਹ ਕਾਂ ਵਰਗੀ ਹੁੰਦੀ ਜਿਹੜੇ ਰੇਡਰਾਂ ਦੀ ਪਤਾ ਨਹੀਂ ਲੱਗਦਾ ਕਿਹੜੇ ਕਿਹੜੇ ਹੱਥ ਲਾ ਹੀ ਜਾਂਦੇ ਨੇ ਰੱਬ ਵਾਂਗੂ ਜਿਹੜੇ ਗੇਮ ਪੂਜਦੇ ਜੱਤੀ ਲਗੋਟੇ ਦੇ ਇੱਕ ਦਿਨ ਉਹ ਖਿਡਾਰੀ ਨਾਮ ਕਮਾ ਹੀ ਜਾਂਦੇ ਨੇ ਲੰਘਿਆਣੀਆਂ ਜੋਧਿਆ ਇਹ ਦਿਨ ਚਾਰ ਜਵਾਨੀ ਦੇ ਜਿਹੜੇ ਸਾਂਭ ਲੈਂਦੇ ਹਰ ਮਦਾਨੇ ਸ਼ਾਹੀ ਜਾਂਦੇ ਨੇ ਜਿਹੜੇ ਸਾਂਭ ਲੈਂਦੇ ਹਰ ਮਦਾਨੇ ਸ਼ਾਹੀ ਜਾਂਦੇ ਨੇ ਸਲੀਣੇ ਪਿੰਡ ਦਾ ਗੁਰਜੀਤ ਸਿੰਘ ਅੱਜ ਬਣ ਕੇ ਪੁੱਤ ਖੇਡਦਾ ਕੰਡਿਆਲ ਦਾ ਇਸ ਸੀਜ਼ਨ ਦੇ ਵਿੱਚ ਪਿੰਡ ਪਿੰਡ ਦੇ ਜੋਤ ਨੇ ਆਰ ਸਲੀਣੇ ਪਿੰਡ ਦੇ ਗੁਰਜੀਤ ਨੇ ਜਿਹੜੇ ਸਭ ਤੋਂ ਵੱਧ ਕਲਰ ਟੀਵੀ ਜਿੱਤੇ ਹੈ ਮੇਰੇ ਵੀਰੇ ਇਸ ਵੇਲੇ ਗੁਰਜੀਤ ਸਿੰਘ ਸਲੀਣੇ ਪਿੰਡ ਵਾਲਾ ਗੱਭਰੂ ਲੈ ਕੇ ਪੁਆਇੰਟ ਆਪਣੇ ਪਾਲੇ ਵੱਲ ਨੂੰ ਭੱਜਾ ਆਉਂਦਾ ਹੈ ਅਗਲੀ ਕਬੱਡੀ ਪਾਉਣ ਦੇ ਲਈ ਗੱਭਰੂ ਕਰਦਾ ਹੋਇਆ ਤਿਆਰੀ
ਖੇਡ ਦੇ ਮੈਦਾਨ ਦੇ ਵਿੱਚ ਕੇਸੀ ਬਲਵਿੰਦਰ ਫਿੱਟਾ ਘੋੜਾ ਲੰਬੀ ਪਾਰੀ ਦਾ ਵੱਖੋ ਵੱਖਰੇ ਪਿੰਡਾਂ ਦੇ ਦੁਨੀਆ ਭਰ ਦੇ ਟਾਪ ਦੇ ਪਲੇਅਰ ਪੈਦਾ ਕੀਤੇ ਹੈ। ਲਓ ਇਸੇ ਲਈ ਸਾਹਮਣੇ ਗੱਭਰੂ ਕਬੱਡੀ ਪਾ ਰਿਹਾ ਔਗੜ ਪਿੰਡ ਵਾਲਾ ਖੇਡ ਦੇ ਮੈਦਾਨ ਦੇ ਵਿੱਚ ਕੇਸ ਮੇਰੇ ਵੀਰੇ ਪਾਈ ਹੋਈ ਕਬੱਡੀ ਹੈ। ਲਓ ਕੇ ਦੇਵੀ ਦਿਆਲ ਪ੍ਰੀਤਾ ਕੋਕਾ ਸ਼ੰਕਰ ਪਿੰਡ ਦਾ ਸੀ, ਬੋਲਾ ਤੋਖੀ ਦੇਵ ਅਟਾਵੀ ਪੂਰੀ ਹਿੰਦ ਦਾ ਸੀ ਤੇ ਪਹਿਲੇ ਸਮਿਆਂ ਵਿੱਚ ਨਾ ਆਉਂਦੇ ਇਹਨਾਂ ਸਟਾਰਾਂ ਦੇ ਖੇਡਣ ਜੋਰਾਂ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਖੇਡਣ ਜੋਰਾਂ ਨਾਲ ਕਬੱਡੀ ਪੁੱਤ ਸਰਦਾਰਾਂ ਦੀ ਜੋ ਪਿੰਡ ਪਿੰਡ ਵਾਲਾ ਗੱਭਰੂ ਕਬੱਡੀ ਪਾ ਰਿਹਾ ਕਿ ਇੱਜ਼ਤ ਅਣਖ ਦੇ ਧਰਮ ਦੀ ਜਦ ਕੋਈ ਗੱਲ ਸੁਣਾ ਜਾਂਦਾ ਤੀਰ ਵਾਲਾ ਇੱਕ ਬਾਬਾ ਅੱਖਾਂ ਮੂਹਰੇ ਆ ਜਾਂਦਾ ਤੇ ਸੂਰਜ ਚਮਕਦਾ ਵੇਖਿਆ ਮੌਸਮ ਵਿੱਚ ਸਲਾਬੇ ਦੇ ਅਸੀਂ ਫੈਨ ਹਾਂ ਯਾਰੋ ਪਿੰਡਰਾ ਵਾਲੇ ਬਾਬੇ ਦੇ। ਜਾਫੀ ਕੌਣ ਹੈ? ਜਲਾਲਾਬਾਦ ਪਿੰਡ ਦਾ ਸੋਹਣਾ ਇਸੇ ਲਈ ਜੱਫਾ ਲਾ ਕੇ ਆਪਣੀ ਟੀਮ ਲਈ ਬੱਲੇ ਬੱਲੇ ਕਰਵਾਉਂਦਾ ਹੋਇਆ। ਹਾਂਜੀ ਟੀ ਸ਼ਰਟਾਂ ਜਿਹੜੀਆਂ ਬਾਹਰ ਲਾਉਣੀਆਂ ਹੈ ਸਾਰੇ ਪਲੇਅਰਾਂ ਨੂੰ ਮੇਰੀ ਬੇਨਤੀ ਹੈ ਬੂਟੇ ਟੀ ਸ਼ਰਟਾਂ ਜਿਹੜੀਆਂ ਬਾਹਰ ਲਾਉਣੀਆਂ ਵੀਰੇ ਟੀ ਸ਼ਰਟਾਂ ਜਿਹੜੀਆਂ ਬਾਕਸਾਂ ਦੇ ਵਿੱਚ ਲਾ ਕੇ ਜਾਣੀਆਂ ਕੀਪੇ ਟੀ ਸ਼ਰਟਾਂ ਮੇਰੇ ਵੀਰ ਜਿਹੜੇ ਆਪਾਂ ਆਪਣੀਆਂ ਬਾਹਰ ਲਾਉਣੀਆਂ ਤੁਸੀਂ ਮੇਰੀ ਬੇਨਤੀ ਹੈ ਸਾਡੇ ਸਾਰੇ ਪਲੇਅਰ ਵੀਰਾਂ ਨੂੰ ਬੜੇ ਜਿਹੜੇ ਵਧੀਆ ਟਾਪ ਦੇ ਪਲੇਅਰ ਪਹੁੰਚੇ ਨੇ ਇਸ ਵੇਲੇ 70 ਕਿਲੋ ਭਾਰ ਦੇ ਵੀ ਮੇਰੇ ਵੀਰੇ ਤੇ ਇਸ ਵੇਲੇ ਸਾਹਮਣੇ ਗੱਭਰੂ ਔਗੜ ਪਿੰਡ ਵਾਲਾ ਕਬੱਡੀ ਪਾ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ। ਜਾਫੀ ਪਿਆਰ ਸਾਹਮਣੇ ਕੰਡਿਆਲ ਦੀ ਧਰਤੀ ਦੇ ਹੈ ਤੇ ਕਿਹੜੇ ਗੱਭਰੂ ਨੇ ਜੱਫਾ ਲਾਉਣਾ ਹੈ ਤੇ ਕਿਹਨੇ ਕਰਵਾਉਣੀ ਹੈ ਬੱਲੇ ਬੱਲੇ ਗੱਲ ਆਪਾਂ ਸਮੇਂ ਦੀ ਕਰਨੀ ਹੈ। ਇਸੇ ਲਈ ਪਾਈ ਹੋਈ ਕਬੱਡੀ ਹੈ ਤੇ ਗੱਲ ਰਣ ਸਿੰਘ ਪਿੰਡ ਦਾ ਬਿੱਲਾ ਨਹੀਂ ਮੰਨਦਾ ਵੀ ਪੁਆਇੰਟ ਜਿਹੜਾ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ। ਬਾਬਾ ਸ਼ਿੰਦਰ ਸਿੰਘ ਦੀ ਹਰਦਾਸੇ ਵਾਲੇ ਜਲਦੀਆਂ ਵੱਡੀਆਂ ਸਵਾਮਾਂ ਦੇ ਰਹੇ ਨੇ, ਵੱਡਾ ਧੰਨਵਾਦ ਹੈ। ਲਓ ਇਸੇ ਲਈ ਗੁਰਜੀਤ ਸਿੰਘ ਨਡਵਾਲ ਗੱਭਰੂ ਸਰੀਨੇ ਪਿੰਡ ਵਾਲਾ ਕਬੱਡੀ ਪਾ ਰਿਹਾ ਹੈ ਕਿ ਗੁਰਜੀਤ ਦੂਤ ਦੀ ਖੜੀ ਉਗਲੀ ਛੂੰਹਦੀ ਹੈ ਅਸਮਾਨ ਨੂੰ, ਕਬੱਡੀ ਦਾ ਮਸਤ ਮੌਲਾ ਆਖਦੇ ਨੇ, ਰਸੂਲਪੁਰ ਪਿੰਡ ਦੇ ਕਾਲੂ ਤੂਫਾਨ ਨੂੰ ਸਹਿਦੋਗੇ ਦਾ ਮੱਖਣ ਦਿੰਦਾ, ਖਰੇ ਖਰੇ ਧਾਵੀਆਂ ਨੂੰ ਬੰਨ ਮਿੱਤਰੋ ਸਿਫਤ ਸੁਣਾਉਣੀ ਹੈ ਕਬੱਡੀ ਦੀ ਤੇ ਸੁਣ ਲਓ ਤੁਸੀਂ ਲਾ ਕੇ ਕੰਨ ਮਿੱਤਰੋ ਸਿਫਤ ਸੁਣਾਉਣੀ ਹੈ ਕਬੱਡੀ ਦੀ ਸੁਣ ਲਓ ਤੁਸੀਂ ਲਾ ਕੇ ਕੰਨ ਮਿੱਤਰੋ। ਲਓ ਇਸੇ ਲਈ ਸਾਹਮਣੇ ਗੱਭਰੂ ਨੇ ਪਾਈ ਹੈ ਕਬੱਡੀ ਤੇ ਪੁਆਇੰਟ ਗੁਰਜੀਤ ਸਲੀਣੇ ਪਿੰਡ ਵਾਲਾ ਨੌਜਵਾਨ ਲੈ ਕੇ ਆਪਣੀ ਟੀਮ ਦੇ ਲਈ ਅੰਗ ਦਾ ਜਿਹੜਾ ਵਾਅਦਾ ਕਰਦਾ ਹੋਇਆ ਤੂਤ ਪਿੰਡ ਦੇ ਗੁਰਜੀਤ ਦਾ ਨਾਂ ਚੱਲਿਆ ਮੇਰੇ ਵੀਰੋ ਤੇ ਜਿੱਥੇ ਸਾਡਾ ਵੀਰ ਕਹਿੰਦੇ ਵੀ ਜਿੱਥੇ ਦੁਨੀਆ ਭਰ ਦੇ ਟਾਪ ਦੇ ਪਲੇਅਰ ਵਿਛੜ ਗਏ ਹੈ ਤੇ ਪਿਛਲੇ ਦਿਨੀ ਸਾਡਾ ਵੀਰ ਗੱਗੀ ਬਰਡਵਾਲ ਵਾਲਾ ਉਹ ਵੀ ਸਾਡੇ ਤੋਂ ਸਦਾ ਲਈ ਵਿਛੜ ਚੁੱਕਿਆ ਹੈ, ਅਲਵਿਦਾ ਕਹਿ ਗਿਆ ਵੀਰ, ਉਸ ਵੀਰ ਨੂੰ ਵੀ ਆਪਾਂ ਸ਼ਰਧਾ ਦੇ ਫੁੱਲ ਭੇਟ ਕਰਾਂਗੇ। ਇਸੇ ਲਈ ਗੱਭਰੂ ਔਗੜ ਪਿੰਡ ਵਾਲਾ ਕਬੱਡੀ ਪਾ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ ਤੇ ਸਾਡੇ ਵੀ ਖੋਸੇਕੋਟ ਵਾਲੇ ਅਮਰੀਕ ਨੇ ਵੀ ਬੜਾ ਸੋਹਣਾ ਲਿਖਿਆ ਕਿ ਮੱਖਣ ਤਿੜਕ ਤੇ ਵੀਰੂ ਸੇ ਵੀ ਘੋਲੀਏ ਵਾਲਾ ਗੇਲਾ, ਅੰਗਰੇਜ਼ ਅੜੈਚਾਂ ਜਗਤਾਰ ਧਨੌਲਾ ਲੁੱਟ ਲੈਂਦੇ ਸੀ ਮੇਲਾ, ਸਵਰ ਦੇ ਵਾਂਗੂ ਗੁੜ ਤੋਂ ਫੜ ਕੇ ਔਖੇ ਰੇਟ ਥੰਬਣੇ ਤੇ ਗਾਜੀਅਣ ਦੇ ਕਾਲੇ ਵਰਗੇ ਮੁੜ ਮੁੜ ਕੇ ਨਹੀਂ ਜੰਮਣੇ, ਹਰਜੀਤ ਬਰਾੜਾ ਤੇਰੇ ਘਾਟੇ ਹਲੇ ਸਤਾਉਂਦੇ ਨੇ, ਕਈ ਰੇਡਾਂ ਪਾਉਂਦੇ ਨੇ ਕਈ ਜੱਫੇ ਲਾਉਂਦੇ ਨੇ, ਕਈ ਰੇਡਾਂ ਪਾਉਂਦੇ ਨੇ ਕਈ ਜੱਫੇ ਲਾਉਂਦੇ ਨੇ, ਤਾੜੀਆਂ ਆਪ ਮੁਹਾਰੇ ਵੱਜੀਆਂ ਤੇ ਅਗਲੀ ਕਬੱਡੀ ਪਿੰਡ ਪਿੰਡ ਦੇ ਜੋਤ ਨੇ ਪਾ ਦਿੱਤੀ ਹੈ। ਇਹ ਸੀਜ਼ਨ ਦਾ ਕਹਿੰਦੇ ਸਭ ਤੋਂ ਵੱਧ ਟੀਵੀ ਜਿੱਤਣ ਵਾਲਾ ਨੌਜਵਾਨ ਖਿਡਾਰੀ ਹੈ ਜੋਤ ਪਿੰਡਰਾ ਵਾਲਾ, ਮੇਰੇ ਵੀਰੇ ਸਮੁੰਦਰ ਜੇ ਕੱਦ ਦਾ ਨੌਜਵਾਨ ਗੱਭਰੂ ਤੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਚੁੱਕਿਆ ਹੈ, ਪੁਆਇੰਟ ਕਹਿੰਦੇ ਰੇਡਰ ਦੇ ਹਿੱਸੇ ਜੁੜਦਾ ਹੋਇਆ ਖੇਡ ਮੈਦਾਨ ਦੇ ਵਿੱਚ।
ਹਿੰਦੇ ਮੂਸਵਰੇ ਭੇਜੋ ਗਰਾਊਂਡ ਵੀਰੇ, ਮੂਸਵਰੇ ਭੇਜੋ ਬਾਈ ਗਰਾਊਂਡ ਠਾਣੇ ਭਾਈ ਜੀ। ਹਾਂਜੀ 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 ਡਾਕਟਰ ਭਗਵੰਤ ਸਿੰਘ ਦੀ ਜਾਲ ਉਹ ਆਪਣੀ ਫਾਸਟ ਏਡ ਕਿੱਟ ਲੈ ਕੇ ਸਾਡੇ ਕੋਲ ਪਹੁੰਚ ਜਾਣ। ਸਾਡੇ ਕਲੱਬ ਵਾਲੇ ਵੀਰਾਂ ਵੱਲੋਂ ਬੇਨਤੀ ਹੈ ਡਾਕਟਰ ਭਗਵੰਤ ਸਿੰਘ ਦੀ ਜਾਲ ਜਿੱਥੇ ਵੀ ਉਹ ਮੇਰੀ ਆਵਾਜ਼ ਨੂੰ ਸੁਣ ਰਹੇ ਨੇ ਫਾਸਟ ਏਡ ਕਿੱਟ ਲੈ ਕੇ ਗਰਾਊਂਡ 'ਚ ਆ ਜਾਣ, ਉਹਨਾਂ ਦੀਆਂ ਸੇਵਾਵਾਂ ਦੀ ਸਾਨੂੰ ਲੋੜ ਹੈ। ਆਹ ਮੂੰਹ ਸਪਰੇ ਦਿਓ ਜੀ ਪਲੇਅਰ ਨੂੰ, ਕੋਈ ਗੱਲ ਨੀ ਪਲੇਅਰਾਂ ਨੂੰ ਬੇਨਤੀ ਵੀ ਦੇਖ ਕੇ ਪਿੱਛੋਂ ਜਿਹੜੀ ਕੈਂਚੀ ਨੀ ਮਾਰਨੀ ਦੇਖ ਕੇ ਮੇਰੇ ਵੀਰ ਪਿਆਰ ਨਾਲ ਮੇਰੇ ਵੀਰ ਪੁਆਇੰਟ ਜਿਹੜਾ ਜਾਪੀ ਦਾ ਪੁਆਇੰਟ ਅਮਰ ਤੋਂ ਸਟੋਪਰ ਦਾ ਹੈ, ਕੋਈ ਗੱਲ ਨੀ ਪਿਆਰ ਨਾਲ ਮੇਰੇ ਵੀਰ ਸਾਡੀ ਇਹੀ ਦੁਆ ਹੈ ਭਰਾਵੋ ਕਦੇ ਕਿਸੇ ਪਲੇਅਰ ਦੇ ਸੱਟ ਫੇਟ ਨਾ ਲੱਗੇ। ਜਿਵੇਂ ਤੁਸੀਂ ਹੱਸਦੇ ਖੇਡਦੇ ਆਉਂਦੇ ਹੋ ਉਵੇਂ ਆਪਾਂ ਆਪਣੇ ਘਰਾਂ ਨੂੰ ਜਾਓ, ਇਹ ਸਾਡੀ ਦੁਆ ਹੈ ਉਸ ਪਰਮ ਪਿਤਾ ਪਰਮਾਤਮਾ ਅੱਗੇ ਡਾਕਟਰ ਭਗਵੰਤ ਸਿੰਘ ਦੀ ਜੜ ਉਹ ਆਪਣੀਆਂ ਸਵਾਵਾਂ ਲੈ ਕੇ ਸਾਡੇ ਦਰਮਿਆਨ ਪਹੁੰਚਣ ਸਾਡੀ ਬੇਨਤੀ ਹੈ। ਤੇ ਇਸ ਵੇਲੇ ਸਾਹਮਣੇ ਗੁਰਜੀਤ ਸਿੰਘ ਦੌਡਵਾਲ ਗੱਭਰੂ ਸਲੀਣੇ ਪਿੰਡ ਵਾਲਾ ਕਬੱਡੀ ਪਾ ਰਿਹਾ ਹੈ, ਚਾਰ ਜਾਫੀ ਦੇ ਸਾਹਮਣੇ ਔਗੜ ਦੀ ਧਰਤੀ ਦੇ ਕਿਹੜੇ ਗੱਭਰੂ ਨੇ ਜੱਫਾ ਲਾਉਣਾ ਹੈ ਗੱਲ ਸਮੇਂ ਦੀ ਕਰਨੀ ਹੈ। ਇਸ ਵੇਲੇ ਕਬੱਡੀ ਪੈਂਦੀ ਹੈ ਤੇ ਦੁਨੀਆਂ ਬੇਹਦੀ ਹੈ, ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਕਿ ਵਿਹਲੇ ਬਹਿ ਕੇ ਅਸੀਂ ਨਹੀਂ ਵਕਤ ਗੁਜ਼ਾਰਿਆ, ਕਈ ਕਈ ਸਾਲ ਮੱਥਾ ਲੋਹੇ ਨਾਲ ਮਾਰਿਆ, ਰੱਖੀਆਂ ਦਿਮਾਗ ਵਿੱਚ ਗੱਡੀਆਂ ਨਾ ਡੱਡੀਆਂ, ਤਾਂ ਜਾ ਕੇ ਖਾੜਿਆਂ 'ਚ ਪਾਉਂਦੇ ਆ ਕਬੱਡੀਆਂ, ਤਾਂਹੀਓ ਅੱਜ ਖਾੜਿਆਂ 'ਚ ਪੈਂਦੀਆਂ ਕਬੱਡੀਆਂ ਨੂੰ ਦੁਨੀਆਂ ਵੇਖਦੀ ਹੈ। ਇਕੱਠ ਵੱਡਾ ਹੋਵੇਗਾ ਜਦੋਂ ਕਹਿੰਦੇ ਵੀ 40 ਸਾਲੇ ਗੱਭਰੂਆਂ ਦੀ ਗੱਲ ਕਰਨੀ ਅੱਜ ਇਸ ਖੇਡ ਦੇ ਮੈਦਾਨ ਦੇ ਵਿੱਚ, ਗਗੜੇ ਪਿੰਡ ਦੇ ਧੰਨੇ ਵਰਗੇ, ਬਲਕਾਰੇ ਸਰਪੰਚ ਵਰਗੇ, ਮੇਰੇ ਵੀਰੋ ਬੁਗਲੇ ਵਰਗੇ ਕਹਿੰਦੇ ਵੀ ਦੁਨੀਆਂ ਭਰ ਦੇ ਟੌਪ ਦੇ ਪਲੇਅਰਾਂ ਦੀ ਗੱਲ ਕਰਾਂਗੇ। ਇਸੇ ਲਈ ਖੇਡ ਦੇ ਮੈਦਾਨ ਦੇ ਵਿੱਚ ਜਾਫੀ ਕੰਡਿਆਲ ਪਿੰਡ ਵਾਲਾ ਚਾਰ ਬਗਲ ਭਰ ਕਲਾਵਾ ਕੈਂਚੀ ਲਾਉਣ ਦੀ ਕੋਸ਼ਿਸ਼ ਕਰਦਾ ਹੈ। ਗੱਲ ਜਿਹੜੀ ਸਮੇਂ ਦੀ ਹੋਣੀ ਹੈ, ਗੱਲ ਕਸੂਤੀ ਹੈ ਕਿ ਕੱਟ ਕਬੂਤਰ ਬਿਨਾਂ ਪਰਾਂ ਤੋਂ ਬਾਹਲਾ ਚਿਰ ਉੜਦੇ ਨਾ ਤੇ ਉਮਰ ਵਕਤ ਤੇ ਪਾਣੀ ਕਦੇ ਪਛਾਣ ਨੂੰ ਮੁੜਦੇ ਨਾ, ਉਮਰ ਵਕਤ ਤੇ ਪਾਣੀ ਕਦੇ ਪਛਾਣ ਨੂੰ ਮੁੜਦੇ ਨਾ। ਲਾ ਇਸੇ ਲਈ ਪੁਆਇੰਟ ਜਾਫੀ ਦਾ ਅਗਲੀ ਕਬੱਡੀ ਪਾਉਣ ਦੇ ਲਈ ਗੱਭਰੂ ਜੋਤ ਸਿੰਘ ਭਿੰਡਰਾ ਵਾਲਾ ਵਾਧਾ ਹੋਇਆ। ਦਰਸ਼ਕ ਵੀਰੋ ਜੇਕਰ ਮੈਚ ਵਧੀਆ ਲੱਗ ਰਿਹਾ ਇੱਕ ਵਾਰੀ ਜ਼ੋਰ ਨਾਲ ਤਾੜੀ ਮਾਰ ਦਿਓ, ਬੜਾ ਜਿਹੜਾ ਵਧੀਆ ਮੈਚ ਖੇਡਿਆ ਜਾ ਰਿਹਾ। ਇਸੇ ਲਈ 70 ਕਿਲੋ ਭਾਰ ਦਾ ਤੇ ਭਿੰਡਰਾ ਵਾਲਾ ਜੋਤ ਇਸ ਸੀਜ਼ਨ ਦਾ ਕਹਿੰਦੇ ਵੇਟ ਵਾਲੀ ਕਬੱਡੀ ਦਾ ਬੜਾ ਟੌਪ ਦਾ ਰੇਡਰ ਹੈ, ਮਲਕੜੇ ਮਲਕੜੇ ਪੱਬ ਭੱਜਾ ਆਉਂਦਾ ਹੈ। ਕਬੱਡੀ ਖੇਡੀ ਕਹਿੰਦੇ ਭਿੰਡਰਾਂ ਦੇ ਬਿੱਲੇ ਨੇ, ਕਬੱਡੀ ਖੇਡੀ ਹੈ ਭਿੰਡਰਾਂ ਦੇ ਸ਼ੀਰੇ ਨੇ, ਬਲਜਿੰਦਰ ਭਿੰਡਰ ਵਰਗੇ ਜਾ ਬਸੇ ਨੇ ਇੰਗਲੈਂਡ ਦੀ ਧਰਤੀ। ਹੇਜ ਕਬੱਡੀ ਕਲੱਬ ਦੀਆਂ ਗੱਲਾਂ ਨੇ ਮੇਰੇ ਵੀਰੋ, ਜੇ ਪਰਮਾਤਮਾ ਨੇ ਚਾਹਿਆ ਤੇ ਦਾਸ ਵੀ ਇਸ ਵੇਲੇ ਇੰਗਲੈਂਡ ਦੀ ਸੈਰ ਕਰੇਗਾ, ਜੇ ਹੋਈ ਬਾਬੇ ਦਾਮੂ ਸ਼ਾਹ ਦੀ ਕਿਰਪਾ ਤੇ ਇਸ ਸਾਲ ਅਸੀਂ ਵੀ ਇੰਗਲੈਂਡ ਦੀ ਜਿਹੜੀ ਸੈਰ ਕਰਨੀ ਹੈ। ਗੱਲ ਇਸ ਵੇਲੇ ਸਮੇਂ ਦੀ ਹੈ ਤੇ ਸਾਹਮਣੇ ਤਿੰਨ ਸਟਾਪਰ ਕੰਡਿਆਲ ਪਿੰਡ ਦੇ ਤੇ ਜਾਫੀ ਨੇ ਕੀਤੀ ਹੈ ਕੋਸ਼ਿਸ਼, ਪੱਟੀ ਹੈ ਖੁੱਚ ਤੇ ਗੱਲ ਰਣ ਸਿੰਘ ਪਿੰਡ ਦਾ ਬਿੱਲਾ ਕਹਿੰਦੇ ਸਿੱਧਵਾ ਪਿੰਡ ਦੇ ਗੁਲਜ਼ਾਰ ਦੇ ਮਾਮੇ ਦਾ ਪੁੱਤ ਹੈ, ਵਿਸਲ ਮਾਰ ਚੁੱਕਿਆ ਵੀ ਪੁਆਇੰਟ ਜਿਹੜਾ ਜਾਫੀ ਦਾ। ਮੈਚ ਸਮਾਪਤ, ਚੱਕਰ ਪਿੰਡ ਦਾ ਕਰਮਾ ਵੀ ਸਾਡਾ ਵੀਰ ਵਿਸ਼ੇਸ਼ ਤੌਰ ਤੇ ਪੁੱਜਿਆ, ਕਬੱਡੀ ਬੜੀ ਤਕੜੀ ਖੇਡੀ ਹੈ ਸਵੀਰ ਨੇ। ਲਓ ਮੈਚ ਜਿਹੜਾ ਸਮਾਪਤ ਹੋ ਚੁੱਕਿਆ ਤੇ ਇਸ ਮੈਚ ਦੇ ਵਿੱਚ ਸਾਡਾ ਵੀਰ ਅਮਰ ਦੱਸ ਰਿਹਾ ਵੀ ਟੀਮ ਜਿਹੜੀ ਕੰਡਿਆਲ ਦੀ ਜੇਤੂ ਹੈ। ਹਿੰਦੇ ਨੋਟ ਕਰ ਲਓ, ਛਿੰਦੇ ਵੀਰ ਮਿੰਦੂ ਵੀਰ ਨੋਟ ਕਰੋ ਤੁਸੀਂ, ਕੰਡਿਆਲ ਜਿਹੜੀ ਜੇਤੂ ਰਹੀ ਹੈ। ਬਹੁਤ ਬਹੁਤ ਧੰਨਵਾਦ ਹੈ ਸਾਡੇ ਇਹਨਾਂ ਸਤਿਕਾਰਯੋਗ ਵੀਰਾਂ ਦਾ, ਸਮੁੱਚੀ ਪੈਰਾਮਾਊਂਟ ਸਪੋਰਟਸ ਕਲੱਬ ਵੱਡੇ ਧੰਨਵਾਦ ਕਰ ਰਹੀ ਹੈ ਮੇਰੇ ਵੀਰੋ, ਸਾਰੇ ਪੁੱਜੇ ਖਿਡਾਰੀ ਵੀਰਾਂ ਦੇ, ਸਾਰੇ ਪੁੱਜੇ ਰੱਬ ਵਰਗੇ ਦਰਸ਼ਕ ਵੀਰਾਂ ਦੇ ਵੱਡੇ ਧੰਨਵਾਦ ਕਰ ਰਹੀ ਹੈ ਸਾਰੀ ਪੈਰਾਮਾਊਂਟ ਸਪੋਰਟਸ ਕਲੱਬ, ਜਿੱਥੇ ਮੇਰੇ ਵੀਰੋ ਵੱਡੇ ਧੰਨਵਾਦ ਨੇ ਸਾਡੇ ਦਾਨੀ ਸੱਜਣ ਭਰਾਵਾਂ ਦੇ, ਜਿਹੜੇ ਵੀਰਾਂ ਨੇ ਆਪਣੀ 10-9 ਦੀ ਕਿਰਤ ਕਮਾਈ ਦੇ ਵਿੱਚੋਂ ਸਾਡੀ ਇਸ ਪ੍ਰਬੰਧਕ ਕਮੇਟੀ ਨੂੰ ਮਾਇਆ ਦੇ ਗੱਫੇ ਦੇ ਕੇ ਨਵਾਜਿਆ, ਵੱਡਾ ਧੰਨਵਾਦ ਹੈ। ਜਿੱਥੇ ਸਾਡੀ ਪੈਰਾਮਾਊਂਟ ਸਪੋਰਟਸ ਕਲੱਬ ਦੇ ਪ੍ਰਧਾਨ ਨੇ ਬਲਜੀਤ ਸਿੰਘ ਦੀ ਗਿੱਲ, ਮੀਤ ਪ੍ਰਧਾਨ ਨੇ ਸਰਦਾਰ ਲਕਸ਼ਮਣ ਸਿੰਘ ਦੀ ਗਿੱਲ, ਸੈਕਟਰੀ ਸਰਦਾਰ ਵਜੀਰ ਸਿੰਘ ਦੀ ਜੜ,
ਖਜਾਨਜੀ ਨੇ ਜਗਰੂਪ ਸਿੰਘ ਦੀ ਗਿੱਲ ਔਰ ਇਹ ਸਪੋਰਟਸ ਕਲੱਬ ਦੇ ਮੈਂਬਰ ਨੇ ਜੀਤ ਸਿੰਘ ਦੀ ਅਵਤਾਰ ਤਾਰੀ ਸਾਡਾ ਵੀਰ ਸੁਖਵੰਦਰ ਸਿੰਘ ਦੀ ਖਾਲਸਾ ਅਮਰ ਸਿੰਘ ਦੀ ਜਗਰੂਪ ਸਿੰਘ ਦੀ ਸਾਬਕਾ ਸਰਪੰਚ ਮਨਜੀਤ ਸਿੰਘ ਦੀ ਖੇਡ ਪ੍ਰਮੋਟਰ ਵੀ ਨੇ ਔਰ ਚੇਅਰਮੈਨ ਨੇ ਇਸ ਕਲੱਬ ਦੇ ਔਰ ਜਿੱਥੇ ਵੱਡਾ ਧੰਨਵਾਦ ਹੈ ਪਰਮ ਗਿੱਲ ਵਰਗੇ ਮੇਰੇ ਵੀਰੋ ਵੱਡੇ ਧੰਨਵਾਦ ਨੇ ਜਿੱਥੇ ਸਾਡੇ ਭਾਈ ਹਰਿੰਦਰ ਸਿੰਘ ਦੀ ਗਿੱਲ ਉਹਨਾਂ ਵੀਰਾਂ ਦਾ ਪਿੰਡ ਹੈ ਔਰ ਹੋਰ ਵੀ ਜਿਹੜੀਆਂ ਬੜੀਆਂ ਸਤਿਕਾਰਯੋਗ ਸ਼ਖਸੀਅਤਾਂ ਜਿਵੇਂ ਕਬੱਡੀ ਓਪਨ ਦਾ ਪਹਿਲਾ ਨਾਮ ਜਗਮੋਹਨ ਸਿੰਘ ਦੀ ਗਿੱਲ ਅਮਰੀਕਾ ਵਾਲੇ ਇਹਨਾਂ ਦੇ ਪਰਿਵਾਰ ਨੇ ਦੇਣਾ ਹੈ ਗੁਰਮੀਤ ਸਿੰਘ ਦੀ ਜਾਲ ਤੇ ਗੁਰਵਿੰਦਰ ਸਿੰਘ ਦੀ ਸੰਧੂ ਇਹਨਾਂ ਦੇ ਪਰਿਵਾਰ ਨੇ ਸੈਕਿੰਡ ਪ੍ਰਾਈਜ਼ ਦੇਣਾ ਕੱਤੀ ਆਪੇ ਓਪਨ ਕਬੱਡੀ ਦਾ ਮਨਦੀਪ ਸਿੰਘ ਦੀ ਗਿੱਲ ਆਸਟ੍ਰੇਲੀਆ ਪੁੱਤਰ ਸਰਦਾਰ ਸੁਖਵੰਦਰ ਸਿੰਘ ਦੀ ਖਾਲਸਾ ਇਹਨਾਂ ਨੇ 70 ਕਿਲੋ ਭਾਰ ਦਾ ਫਸਟ ਪ੍ਰਾਈਜ਼ 21,000 ਰੁਪਏ ਦੇਣਾ ਹੈ ਔਰ ਹਰਦਿਆਲ ਸਿੰਘ ਦੀ ਗਿੱਲ ਪ੍ਰਧਾਨ ਨੇ ਜਗਤ ਸੇਵਕ ਗਰਲ ਕਾਲਜ ਦੇ ਇਹਨਾਂ ਵੱਲੋਂ ਸੈਕਿੰਡ ਪ੍ਰਾਈਜ਼ ਦਿੱਤਾ ਜਾਣਾ ਕਬੱਡੀ 70 ਕਿਲੋ ਭਾਰ ਦਾ ਨਾਲ ਹੀ ਕਬੱਡੀ 60 ਕਿਲੋ ਦੇ ਜਿਹੜੇ ਦੋਨੋਂ ਪ੍ਰਾਈਜ਼ ਦੇਣੇ ਹੈ ਉਹ ਮੇਰੇ ਵੀਰੋ ਸਰਦਾਰ ਸਵਰਗਵਾਸੀ ਜੀਤ ਸਿੰਘ ਦੀ ਗਿੱਲ ਤੇ ਸਵਰਗਵਾਸੀ ਸਰਦਾਰ ਮੇਵਾ ਸਿੰਘ ਸੇਵਾ ਸਿੰਘ ਦੀ ਗਿੱਲ ਨਾਲ ਸੁਖਜਿੰਦਰ ਸਿੰਘ ਦੀ ਗਿੱਲ ਯੂਐਸਏ ਗੁੱਲੂ ਸਾਡਾ ਵੀਰ ਲਛਮਣ ਸਿੰਘ ਦੀ ਗਿੱਲ ਗੁਰਜੰਟ ਸਿੰਘ ਦੀ ਗਿੱਲ ਪੱਪੂ ਯੂਐਸਏ ਨਿਰਮਲ ਸਿੰਘ ਦੀ ਗਿੱਲ ਕੈਨੇਡਾ ਇਹਨਾਂ ਪਰਿਵਾਰਾਂ ਵੱਲੋਂ ਦਿੱਤੇ ਜਾਣੇ ਹੈ ਕਬੱਡੀ 60 ਕਿਲੋ ਦੇ ਦੋਨੋਂ ਪ੍ਰਾਈਜ਼ ਵੱਡੇ ਧੰਨਵਾਦ ਨੇ ਇਹਨਾਂ ਵੀਰਾਂ ਦੇ ਵੱਡਾ ਸਹਿਯੋਗ ਜਿਹੜਾ ਕੁਲਜੀਤ ਸਿੰਘ ਦੀ ਗਿੱਲ ਦੇ ਪਰਿਵਾਰ ਵੱਲੋਂ ਪੂਰਾ 1,00,000 ਰੁਪਇਆ ਦਿੱਤਾ ਗਿਆ ਹੈ ਔਰ ਨਾਲ ਹਰਿੰਦਰ ਸਿੰਘ ਦੀ ਗਿੱਲ ਵਿਜੀਲੈਂਸ ਬਿਊਰੋ ਵਾਲੇ ਸਾਡੇ ਵੀਰ ਇਹਨਾਂ ਬੰਦੀਓ 1,00,000 ਰੁਪਇਆ ਦਿੱਤਾ ਗਿਆ ਵੱਡਾ ਧੰਨਵਾਦ ਹੈ ਸਾਰੇ ਦਾਨੀ ਸਿੰਘ ਵੀਰਾਂ ਦਾ ਜਿਹੜੇ ਸਮੇਂ ਸਮੇਂ ਰਸਤੇ ਜਿਹੜੇ ਸੀ ਨਾਂ ਜਿਹੜੇ ਸਾਂਝੇ ਕਰਦੇ ਜਾਣੇ ਹੈ ਤੇ ਸਭ ਦੇ ਅਸੀਂ ਧੰਨਵਾਦ ਕਰਦੇ ਜਾਵਾਂਗੇ ਸਾਰੀ ਪੈਰਾਮਾਊਂਟ ਸਪੋਰਟਸ ਕਲੱਬ ਪਿੰਡ ਪੁਰਾਣੇ ਵਾਲਾ ਧੰਨਵਾਦ ਕਰ ਰਹੀ ਹੈ ਸਾਰੇ ਦਾਨੀ ਸਿੰਘ ਭਰਾਵਾਂ ਦੇ ਸਾਰੇ ਪੁੱਜੇ ਖਿਡਾਰੀ ਵੀਰਾਂ ਦੇ ਸਾਡੇ ਕਹਿੰਦੇ ਆ ਪਲੇਅਰ ਵੀਰੇ ਕਹਿੰਦੇ ਵੀ ਜਿਹੜੇ ਆ ਦੋ ਪਲੇਅਰ ਇੱਧਰ ਨਾ ਇੱਕ ਦੋਦੇ ਵਾਲਾ ਮੁੰਡਾ ਤੇ ਇੱਕ ਸੋਢੀ ਵਾਲੇ ਵਾਲਾ ਜੱਸਾ ਇਹ ਪਲੇਅਰ ਉਹ ਕਹਿੰਦੇ ਵੀ ਕੱਲ ਖੇਡੇ ਨਹੀਂ ਫੈਸਲਾ ਜਿਹੜਾ ਤੁਸੀਂ ਕਰਨਾ ਹੈ ਇੱਥੇ ਆ ਕੇ ਬਾਈ ਇੱਥੇ ਆ ਕੇ ਗੱਲ ਕਰੋ ਹਰਦੀਪ ਅਗਲੀਆਂ ਟੀਮਾਂ ਵੀ ਕਾਲ ਕਰ ਅਗਲੀਆਂ ਟੀਮਾਂ ਨੂੰ ਹਾਂਜੀ ਮੇਰੀ ਬੇਨਤੀ ਰਸੂਲਪੁਰ ਤੇ ਧੱਲੇ ਕੇ ਦੋਨੋਂ ਟੀਮਾਂ ਜਲਦੀ ਨਾਲ ਗਰਾਊਂਡ ਚੋਣ ਗਈਆਂ ਰਸੂਲਪੁਰ ਤੇ ਧੱਲੇ ਕੇ ਦੋਨੋਂ ਟੀਮਾਂ ਜਿਹੜੀਆਂ ਜਲਦੀ ਤੋਂ ਜਲਦੀ ਉਹ ਪਲੇਅਰ ਜਿਹੜੇ ਖੇਡ ਦੇ ਮੈਦਾਨ ਚ ਆ ਜਾਣ ਰਸੂਲਪੁਰ ਵਰਸੇ ਧੱਲੇ ਕੇ ਹਾਂਜੀ ਬਾਈ ਬਲਜੀਤ ਜੀ ਜਿਹੜੇ ਟੈਂਟ ਵਾਲੇ ਵੀਰਾਂ ਨੂੰ ਬੇਨਤੀ ਵੀ ਚਾੜਨੀਆਂ ਜਿਹੜੀਆਂ ਕਾਫੀ ਖੁੱਲ ਚੁੱਕੀਆਂ ਇਹ ਸਾਰੀਆਂ ਜਿਹੜੀਆਂ ਬਣਾ ਦਿਓ ਚਾੜਨੀਆਂ ਬੇਨਤੀ ਹੈ ਚਾੜਨੀਆਂ ਜਿਹੜੀਆਂ ਪ੍ਰੋਪਰ ਨਹੀਂ ਬੰਨੀਆਂ ਇਹ ਜਿਹੜੀਆਂ ਸਾਰੀਆਂ ਲੜੀਆਂ ਬੰਨਦੇ ਸਾਡੇ ਟੈਂਟ ਵਾਲੇ ਵੇਟਰ ਵੀਰਾਂ ਨੂੰ ਬੇਨਤੀ ਹੈ ਜਿਹੜੇ ਸਾਡੇ ਸੇਵਾਦਾਰ ਵੀਰ ਹੈ ਟੈਂਟ ਵਾਲੇ ਅਮਰੀਕਾ ਇਹ ਵੀਰੇ ਪੰਜਾਬ ਲਾਈਵ ਵਾਲੇ ਹੈਪੀ ਦੀ ਮਿਹਰਬਾਨੀ ਆ ਇਹ ਸਪੈਸ਼ਲ ਤੌਰ ਤੇ ਕਮੈਂਟਰਾਂ ਵਾਸਤੇ ਆ ਹੈਲੋ ਜਿਹੜੇ ਪਲੇਅਰ ਦੀ ਫੋਟੋ ਹੋਈ ਹੈ ਨਾ ਖਿਡਾਰੀ ਵੀਰੋ ਉਹ ਪਲੇਅਰ ਖੇਡੂਗਾ ਜਿਹੜੇ ਪਲੇਅਰ ਦੀ ਫੋਟੋ ਹੋਈ ਆ ਨਾ ਉਹ ਪਲੇਅਰ ਖੇਡੂਗਾ ਖਿਡਾਰੀ ਵੀਰਾਂ ਨੂੰ ਬੇਨਤੀ ਕਰਦੇ ਆ ਵੀ ਕਿਸੇ ਕਿਸਮ ਦੀ ਬਹਿਸਬਾਜ਼ੀ ਨਾ ਕਰੋ ਯਾਰ ਜਸ ਵਿਚਾਰਾ ਧੁੱਪੇ ਲਾਲ ਹੋਇਆ ਪਿਆ
ਨਹੀਂ ਖੇਡ ਸਕਦਾ ਬਾਈ ਬਿੱਲੇ ਵੀਰ ਯਾਰ ਵੀਰ ਰੌਲਾ ਨਾ ਪਾਓ ਟਾਈਮ ਪਹਿਲਾਂ ਘੱਟ ਆ ਕੱਲ ਫੋਟੋ ਨਹੀਂ ਹੋਈ ਨਹੀਂ ਖੇਡ ਸਕਦਾ ਉਹ ਪਲੇਅਰ ਬਾਈ ਇਹ ਕੱਲ ਫੈਸਲਾ ਹੋਇਆ ਬਾਈ ਕਿਸੇ ਕਿਸਮ ਦੀ ਨਾ ਬੈਸਬਾਜੀ ਨਾ ਕਰੋ ਇਹ ਨਾ ਹੋ ਜਾਏ ਸਾਨੂੰ ਦੂਜੀ ਟੀਮ ਨੂੰ ਜੇਤੂ ਕਰਾਰ ਦੇਣਾ ਪਵੇ ਹਾਂਜੀ ਰਸੂਲਪੁਰ ਦੇ ਧੱਲੇ ਕੇ ਦੋਨੋਂ ਟੀਮਾਂ ਕਰਕੇ ਤਿਆਰੀਆਂ ਗੱਭਰੂ ਖੇਡ ਦੇ ਮੈਦਾਨ ਦੇ ਵੱਲੋਂ ਆ ਜਾਣ ਹੈਲੋ ਵੀਰ ਇਹ ਫੈਸਲਾ ਕਮੇਟੀ ਦਾ ਫੈਸਲਾ ਜਿਹੜੇ ਉਹ ਵੀਰ ਇਹ ਫੈਸਲਾ ਜਿਹੜੇ ਪਲੇਅਰ ਦੀ ਫੋਟੋ ਆ ਉਹ ਖੇਡ ਸਕਦਾ ਫੋਟੋ ਵਾਲਾ ਪਾਸ ਹੈ ਬਿਨਾਂ ਕਿਸਮ ਦੀ ਕਿਸੇ ਕਿਸਮ ਦੀ ਬਹਿਸ ਬਿੱਲੇ ਵੀ ਵਿਸਲ ਮਾਰ ਸੈਂਟਰ ਲਾਈਨ ਤੇ ਪਹੁੰਚੋ ਟੀਮਾਂ ਨੇ ਦੂਜੀ ਜੇਤੂ ਕਰਾਰ ਦਿਓ ਬਸ ਇਹ ਫਾਈਨਲ ਫੈਸਲਾ ਵੀਰੇ ਬਿੱਲੇ ਵੀਰ ਚਲੋ ਵੀਰ ਖੇਡਣਾ ਤਾਂ ਟਾਈਮ ਹੈ ਨੀਗਾ ਟਾਈਮ ਬਹੁਤ ਘੱਟ ਹੈ ਬੈਸਬਾਜੀ ਕੋਈ ਨੀ ਕੀਪੇ ਖੇਡੋ ਯਾਰ ਵੀਰੇ ਹਾਂਜੀ ਅਗਲੀਆਂ ਟੀਮਾਂ ਰਸੂਲਪੁਰ ਤੇ ਧੱਲੇ ਕੇ ਦੋਨੋਂ ਟੀਮਾਂ ਜਲਦੀ ਨਾਲ ਗਰਾਊਂਡ ਤੇ ਆ ਜਾਣ ਰਸੂਲਪੁਰ ਤੇ ਧੱਲੇ ਕੇ ਦੋਨੋਂ ਟੀਮਾਂ ਜਲਦੀ ਨਾਲ ਗਰਾਊਂਡ ਤੇ ਆ ਜਾਣ ਮੈਚ ਇਹ ਵੀ ਬੜਾ ਤਕੜਾ ਖੇਡਿਆ ਜਾਣਾ ਹੈ ਧੱਲੇ ਕੇ ਤੇ ਰਸੂਲਪੁਰ ਦਾ ਮੈਚ ਵੀ ਬਹੁਤ ਤਕੜਾ ਲੱਗਣਾ ਹੈ ਦੋਨੋਂ ਟੀਮਾਂ ਜਲਦੀ ਗਰਾਊਂਡ ਤੇ ਆ ਜਾਣ ਉਸ ਤੋਂ ਬਾਅਦ ਪੁਰਾਣੇ ਵਾਲਾ ਬੀ ਤੇ ਰੌਲੀ ਵੀ ਤਿਆਰੀ ਰੱਖਣਗੇ ਪੁਰਾਣੇ ਵਾਲਾ ਏ ਤੇ ਤਲਵੰਡੀ ਬਘੇਰੀਆਂ ਇਹ ਵੀ ਟੀਮਾਂ ਤਿਆਰ ਪਰ ਤਿਆਰ ਰਹਿਣਗੀਆਂ ਹਲਕੀ ਹਲਕੀ ਚੱਲਦੀ ਹੋਈ ਪਾਉਣ ਤੇ ਝੂਲਦੇ ਹੋਏ ਝੰਡੇ ਜਿਵੇਂ ਕਹਿ ਰਹੇ ਨੇ ਜਿੰਦਾਬਾਦ ਕਬੱਡੀ ਜਿੰਦਾਬਾਦ ਕਬੱਡੀ ਜੱਗੂ ਜੀ ਇੱਥੋਂ ਸੇਬੇ ਦਾ ਟੋਟਾ ਲੈ ਕੇ ਆਇਆ ਇੱਕ ਸੇਬਾ ਤੈਨੂੰ ਕੰਮ ਦੇਣਾ ਇੱਕ ਨਿੱਕਾ ਜਿਹਾ ਬਾਈ ਜਿਹੜੇ ਕੱਲ ਖਿਡਾਰੀ ਖੇਡੇ ਨਾ ਉਹੀ ਖੇਡ ਸਕਦੇ ਆ ਜ਼ਿਆਦਾ ਟਾਈਮ ਨਾ ਖਰਾਬ ਕਰੋ ਯਾਰ ਪਲੀਜ਼ ਹਾਂਜੀ ਧੱਲੇ ਕੇ ਆ ਗਈ ਆ ਆਜੋ ਜਸੇ ਜਲਦੀ ਆਜੋ ਵੀਰੇ ਗਰਾਊਂਡ ਤੋਂ ਬਾਈ ਰਸੂਲਪੁਰਾ ਕਿੱਧਰ ਲੈ ਕੇ ਆ ਰਸੂਲਪੁਰਾ ਦਾ ਹੱਥ ਖੜਾ ਕਰੋ ਜੀ ਆਜੋ ਵੀਰੇ ਵੀ ਰਸੂਲਪੁਰਾ ਲਿਆਓ ਯਾਰ
ਰਸੂਲਪੁਰ ਦੇ ਧੱਲੇ ਕੇ ਦੋਨੋਂ ਟੀਮਾਂ ਨੂੰ ਮੈਚ ਕਰਾਓ ਜੇ ਟੀਮ ਨਹੀਂ ਹੈ ਤਾਂ ਉਹ ਟੀਮ ਨੂੰ ਜੇਤੂ ਕਰਾਰ ਕਰ ਦਿਓ ਜੇ ਨਹੀਂ 1 ਮਿੰਟ ਦੇ ਵਿੱਚ ਮਾਰ ਦਿਓ ਦੋਨੇ ਟੀਮਾਂ ਬਾਹਰ ਹੋ ਜਾਣ ਗਰਾਊਂਡ ਚੋਂ ਤੂੰ ਪਹਿਲਾਂ ਰੌਲਾ ਨਵੇੜ ਲਓ ਫੇਰ ਮੈਚ ਕਰਾਵਾਂਗੇ ਲੱਖੀ ਇੱਕ ਪਾਸੇ ਹੋ ਕੇ ਬਹਿ ਜਾਓ ਵੀਰੇ ਬੁੱਟੇ ਇੱਕ ਪਾਸੇ ਹੋ ਕੇ ਬਹਿ ਜਾਓ ਬਾਈ ਜੇ ਖੇਡਣਾ ਤਾਂ ਸਟਾਰਟ ਕਰੋ ਤੇ ਨਹੀਂ ਤਾਂ ਦੂਜੀ ਟੀਮ ਨੂੰ ਜੇਤੀ ਟੀਮ ਕਰਾਰ ਕਰ ਦਿਓ ਅਗਲਾ ਮੈਚ ਕਰਾਓ ਯਾਰ ਬੇਲੇ ਵੀਰ ਆ ਵੀ ਆ ਗਿਆ ਵੀਰੇ ਦੋਨੇ ਟੀਮਾਂ ਤਾਂ ਲੇਕੇ ਦੇ ਰਸੂਲਪੁਰ ਆ ਗਈਆਂ ਦੋਨੇ ਕਰਾਓ ਸਟਾਰਟ ਮੈਚ ਬਾਈ ਟੀ ਸ਼ਰਟ ਪਾ ਕੇ ਨਹੀਂ ਜਾਣਾ ਅੰਦਰ ਕਿਸੇ ਪਲੇਅਰ ਨੇ ਪ੍ਰੀਤਮ ਤੂੰ ਵੀ ਟੀ ਸ਼ਰਟ ਲਾ ਦੇ ਬਾਈ ਉਹ ਟੀ ਸ਼ਰਟ ਲਾ ਵੀਰੇ ਗਰਾਊਂਡ 'ਚ ਨਹੀਂ ਵੜਨਾ ਟੀ ਸ਼ਰਟ ਲਾ ਕੇ ਆ ਟੀ ਸ਼ਰਟ ਪਾ ਕੇ ਸੌਰੀ ਕੋਈ ਗੱਲ ਨਹੀਂ ਜੀਵ ਦੇ ਵਿੱਚ ਹੱਡੀਆਂ ਨਹੀਂ ਨਾ ਸਲਿਪ ਹੋ ਜਾਂਦੀ ਆ ਅਮ੍ਰਿਤ ਸਾਢੇ ਦਸ ਗਿਆਰਾਂ ਹਾਂਜੀ ਧੱਲੇ ਕੇ ਤੇ ਰਸੂਲਪੁਰ ਦੋਨੋਂ ਟੀਮਾਂ ਸੈਂਟਰ ਲੈਣ ਤੇ ਆ ਜਾਣ ਬਿੱਲਾ ਗਾਲਵ ਜੀ ਵਿਸਲ ਮਾਰੋ ਬੱਬੂ ਤੁਸੀਂ ਇੱਕ ਸਾਈਡ ਤੇ ਹੋ ਕੇ ਬਹਿ ਜਾਓ ਵੀਰੇ ਖੁਖਰਾਣੇ ਵਾਲੋ ਇੱਕ ਸਾਈਡ ਤੇ ਹੋ ਕੇ ਬਹਿ ਜਾਓ ਮੇਰੀ ਬੇਨਤੀ ਹੈ ਤੁਹਾਨੂੰ ਬੜੇ ਵਧੀਆ ਪਲੇਅਰ ਹੋ ਬਹਿ ਜਾਓ ਮੇਰੇ ਵੀਰ ਧੱਲੇ ਕੇ ਤੇ ਰਸੂਲਪੁਰ ਦੀਆਂ ਟੀਮਾਂ ਦੇ ਦਰਮਿਆਨ ਇਸ ਵੇਲੇ ਮੈਚ ਬੜਾ ਵਧੀਆ ਖੇਡਿਆ ਜਾਣਾ ਖੇਡ ਕਬੱਡੀ ਦਾ ਕਿ ਚੱਲ ਮੇਲੇ ਨੂੰ ਚੱਲੀਏ ਪਾ ਲੈ ਗੇਰ ਤੂੰ ਗੱਡੀ ਦਾ ਪਿੰਡ ਪੁਰਾਣੇ ਵਾਲੇ ਦੀ ਧਰਤੀ ਤੇ ਮੇਲਾ ਲੱਗਿਆ ਖੇਡ ਕਬੱਡੀ ਦਾ ਮੇਲਾ ਲੱਗਿਆ ਖੇਡ ਕਬੱਡੀ ਦਾ ਅੱਜ ਖੇਡ ਕਬੱਡੀ ਦੀਆਂ ਧੁੰਮਾਂ ਪੈ ਰਹੀਆਂ ਮੇਰੇ ਵੀਰੇ ਦੁਨੀਆ ਭਰ ਦੇ ਟਾਪ ਦੇ ਪਲੇਅਰ ਪਹੁੰਚਣੇ ਆ ਜਿੱਥੇ 40 ਸਾਲੇ ਬਾਬਿਆਂ ਦਾ ਵੀ ਸ਼ੋਅ ਮੈਚ ਹੋਣਾ ਹੈ ਤੇ ਓਪਨ ਦੀਆਂ ਵੀ ਪੂਰੀਆਂ ਟਾਪ ਦੀਆਂ ਟੀਮਾਂ ਆਉਣੀਆਂ ਜਿਸ ਧਰਤੀ ਤੇ ਕਿ ਇੰਟਰਨੈਟ ਦੇ ਰਾਹੀਂ ਤੁਸੀਂ ਵੇਖੋ ਸਿੱਧੀਆਂ ਤਸਵੀਰਾਂ ਤੇ ਕਿੱਦਾਂ ਲੋਕੀ ਮੇਲੇ ਉੱਤੇ ਆਉਂਦੇ ਘੱਟ ਵਹੀਰਾਂ ਜਸਵੰਤ ਪੁਰਾਣੇ ਵਾਲੀਆਂ ਲੱਗਦੇ ਜੱਫੇ ਪੈਂਦੀਆਂ ਰੇਡਾਂ punjablive1.com ਤੇ ਦੁਨੀਆ ਵਿੱਚ ਦਿਖਾਈਆਂ ਖੇਡਾਂ ਹੈਪੀ ਅਤੇ ਨੀਟੇ ਹੋਣੀ ਦੁਨੀਆ ਵਿੱਚ ਦਿਖਾਉਂਦੇ ਖੇਡਾਂ ਹੈਪੀ ਅਤੇ ਨੀਟੇ ਹੋਣੀ ਹੁਣ ਦੁਨੀਆ ਵਿੱਚ ਦਿਖਾਉਂਦੇ ਖੇਡਾਂ punjablive1.com ਦੇ ਜਰੀਏ ਸਾਡੇ ਵੀ ਜਸ ਹੋਣੀ ਸਾਡੇ ਵੀ ਗਗਨ ਹੋਣੀ ਹੈਪੀ ਹੋਣੀ ਇੰਦਰਜੀਤ ਹੋਣੀ ਕੱਲੀ ਕੱਲੀ ਤਸਵੀਰ ਨੂੰ ਮੇਰੇ ਵੀਰੇ ਬਾਹਰਲੇ ਮੁਲਕਾਂ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਕੱਲੀ ਕੱਲੀ ਤਸਵੀਰ ਬੋਲ ਰਹੀ ਹੈ ਪੂਰੀ ਦੁਨੀਆ ਦੇ ਵਿੱਚ ਕਿ ਜੱਟ ਕਣਕ ਵੇਚ ਕੇ ਆਇਆ ਨਹੀਂ ਤੇਰਾ ਸਿਰੋਂ ਉਲਾਂਭਾ ਲਾਇਆ ਨਹੀਂ ਜਿੱਥੇ ਰਾਂਝੇ ਗੱਲਾਂ ਕਰਦੇ ਨੇ ਤੇ ਹੀਰਾਂ ਬੋਲਦੀਆਂ
ਮੈਨੂੰ ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ ਮੈਨੂੰ ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ ਅੱਜ ਕੱਲੇ ਕੱਲੇ ਘਰ ਦੇ ਵਿੱਚ ਤਸਵੀਰ ਬੋਲ ਰਹੀ ਹੈ ਪਰ ਫੋਨ ਆ ਰਹੇ ਨੇ ਮੁਬਾਰਕਬਾਦ ਦਿੱਤੀ ਜਾ ਰਹੀ ਹੈ ਮੇਰੇ ਵੀਰੋ ਇਸ ਵੇਲੇ ਸਮੁੱਚੀ ਪੈਰਾਮਾਊਂਟ ਸਪੋਰਟਸ ਕਬੱਡੀ ਕਲੱਬ ਪੁਰਾਣੇ ਵਾਲ ਨੂੰ ਆਣ ਕਹਿੰਦੇ ਵੀ ਅੱਜ ਜਿਹੜੀ ਕੱਲੀ ਕੱਲੀ ਕਬੱਡੀ ਜਾ ਰਹੀ ਪੂਰੀ ਦੁਨੀਆ ਭਰ ਦੇ ਵਿੱਚ ਸਾਢੇ ਬਾਰਾਂ ਤੇ ਤੇਰਾਂ ਸਾਢੇ ਬਾਰਾਂ ਤੇ ਤੇਰਾਂ ਪੁਆਇੰਟ ਦੇ ਉੱਤੇ ਜਾਣੇ ਹੈ ਟੀਮਾਂ ਨੋਟ ਕਰ ਲੈਣ ਅਮਰ ਤੂੰ ਸਾਈਟਾਂ ਤੂੰ ਵੀ ਨੋਟ ਕਰ ਲਈ ਜਿਹੜੀ ਟੀਮ ਢੱਲੇ ਕੇ ਦੀ ਹੈ ਉਹ ਇਸ ਵੇਲੇ ਹੱਥ ਖੜਾ ਕਰੋ ਜੀ ਕਿੱਧਰਲੇ ਪਾਸੇ ਹੋ ਹਾਂਜੀ ਸਾਡੇ ਦਰਸ਼ਕ ਵੀਰਾਂ ਨੂੰ ਬੇਨਤੀ ਵੀ ਗੁਰੂ ਕਾ ਲੰਗਰ ਤੇ ਚਾਹ ਜਿਹੜੀ ਹੈ ਉਹ ਪੁਰਾਣੀ ਜਿਹੜੀ ਵਾਟਰ ਬਾਕਸ ਹੈ ਪੁਰਾਣੀ ਟੈਂਕੀ ਉੱਥੇ ਚੱਲ ਰਿਹਾ ਲੰਗਰ ਖੁੱਲਾ ਦਰਸ਼ਕਾਂ ਲਈ ਇੱਥੇ ਸਿਰਫ ਸਾਡੇ ਪ੍ਰਬੰਧਕਾਂ ਲਈ ਔਰ ਜਿਹੜੇ ਸਾਡੇ ਬਾਹਰੋਂ ਆਏ ਸੱਜਣ ਹੈ ਉਹਨਾਂ ਲਈ ਇੱਥੇ ਲੰਗਰ ਆ ਰਿਹਾ ਜਾਂ ਚਾਹ ਆ ਰਹੀ ਹੈ ਬੜੀ ਮਿਹਰਬਾਨੀ ਹੈ ਥੱਲੇ ਕਹਿਣ ਸਾਈਡ ਲੈ ਲਓ ਵੀ ਇਹ ਮੈਚ ਜਿਹੜਾ ਸ਼ੁਰੂ ਕਰਵਾਉਣਾ ਸੀ ਬਾਅਦ ਚ ਲੱਗੇ ਵੀ ਅਸੀਂ ਓਨਾ ਹੀ ਟਾਈਮ ਘਟਾਈ ਜਾਣਾ ਜੱਸੇ ਜਲਦੀ ਜਾਫਲਾਈਨ ਲੈ ਲਓ ਮੇਰੇ ਵੀਰ ਬੇਨਤੀ ਹੈ ਸਾਢੇ ਦਸ ਗਿਆਰਾਂ ਯਾਰ ਸਾਢੇ ਦਸ ਗਿਆਰਾਂ ਬਾਈ ਜੀ ਜੇ ਹੁਣ ਆਪਣਾ ਮੈਚ ਸ਼ੁਰੂ ਹੋਇਆ ਫਿਰ ਅਸੀਂ ਸਾਢੇ ਅੱਠ ਨੌ ਕਰ ਦੇਣੇ ਆ ਸਾਢੇ ਦਸ ਗਿਆਰਾਂ ਪੁਆਇੰਟ ਹੈ ਜੀ ਸਾਡੇ ਕਮੇਟੀ ਵਾਲੇ ਵੀਰਾਂ ਨੂੰ ਬੇਨਤੀ ਹੈ ਵੀ ਟੀਮਾਂ ਜਿਹੜੀਆਂ ਜਿਹੜੇ ਗਰਾਊਂਡ 'ਚ ਵਾਧੂ ਪਲੇਅਰ ਆ ਉਹ ਬਹਿ ਜਾਣ ਮੇਰੇ ਵੀਰ ਬੂਟੇ ਗਰਾਊਂਡ ਤੋਂ ਆਊਟਲਾਈਨ ਤੋਂ ਬਾਹਰ ਹੋ ਜਾਓ ਵੀਰੇ ਜੇ ਵਾਰਮ ਅਪ ਹੋਣਾ ਤਾਂ ਤੁਸੀਂ ਬੇਨਤੀ ਸਾਡੇ ਪ੍ਰਬੰਧਕ ਵੀਰਾਂ ਵੱਲੋਂ ਹੈ ਗੁੱਸਾ ਨਹੀਂ ਕਰਨਾ ਮੇਰੇ ਵੀਰ ਤੁਸੀਂ ਬੇਨਤੀ ਹੈ ਸਾਡੀ ਆਊਟਲਾਈਨ ਤੋਂ ਬਾਹਰ ਹੋ ਜਾਓ ਤੁਸੀਂ ਮੇਰੇ ਵੀਰ ਜਿਹੜੇ ਪਲੇਅਰ ਨਹੀਂ ਖੇਡ ਰਹੇ ਧੱਲੇ ਕੇ ਦੀ ਟੀਮ ਇਸ ਵੇਲੇ ਲਹਿੰਦੇ ਵਾਲੇ ਪਾਸੇ ਹੈ ਸਾਢੇ ਦਸ ਤੇ ਗਿਆਰਾਂ ਜੀ ਤੇ ਨੋਟ ਕਰ ਲਿਓ ਵੀਰੇ ਜੱਸੇ ਸਾਢੇ ਦਸ ਤੇ ਗਿਆਰਾਂ ਵੀਰੇ ਲਾ ਇਸ ਵੇਲੇ ਸਾਹਮਣੇ ਧੱਲੇ ਕੇ ਦੀ ਟੀਮ ਦੀ ਤਰਫੋਂ ਮੈਰੋ ਪਿੰਡ ਦਾ ਜੀਤਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਚਾਰ ਜਾਫੀਆ ਰਸੂਲਪੁਰ ਦੀ ਧਰਤੀ ਦੇ ਜ਼ਿਲ੍ਹਾ ਲੁਧਿਆਣਾ ਤੇ ਤਹਿਸੀਲ ਜਗਰਾਓ ਦੀ ਧਰਤੀ ਹੈ ਸਰਦਾਰਾਂ ਦਾ ਪਿੰਡ ਹੈ ਜਿਹੜੇ ਪਿੰਡ ਦਾ ਕਾਲੂ ਕਹਿੰਦੇ ਦੁਨੀਆ ਦਾ ਮਹਾਨ ਕਬੱਡੀ ਦਾ ਖਿਡਾਰੀ ਹੈ ਤੇ ਮੈਰੋ ਪਿੰਡ ਕਹਿੰਦੇ ਇਸ ਵੇਲੇ ਜੀਤੇ ਨੇ ਕਬੱਡੀ ਪਾ ਦਿੱਤੀ ਹੈ ਜਾਫੀ ਨੇ ਖੁੱਚ ਪੱਟੀ ਹੈ ਔਖੀ ਹੁੰਦੀ ਹੈ ਕਬੱਡੀ ਵਿੱਚ ਖੁੱਚ ਪੱਟਣੀ ਤੇ ਲਾਉਣੀ ਔਖੀ ਧਾਕ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਖਾ ਕੇ ਖੁਰਾਕ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਖਾ ਕੇ ਖੁਰਾਕ ਮਿੱਤਰੋ ਪੁਆਇੰਟ ਇਸ ਵੇਲੇ ਜਾਫੀ ਦਾ ਹਰਬੰਸ ਚਾਚਾ ਡੈਰੀ ਵਾਲਾ ਪਹੁੰਚਿਆ ਹੈ ਹਰਬੰਸ ਸਿੰਘ ਡੈਰੀ ਵਾਲੇ ਟਰਾਲੀ ਵਾਲੀ ਸਟੇਜ ਕੋਲੇ ਪਹੁੰਚਣ ਪਲੀਜ਼ ਇਸ ਵੇਲੇ ਸਾਹਮਣੇ ਗੱਭਰੂ ਮੇਰੇ ਵੀਰੇ ਰਸੂਲਪੁਰੀਆ ਕਬੱਡੀ ਪਾ ਰਹੇ ਹੈ ਖੇਡ ਦੇ ਮੈਦਾਨ ਦੇ ਵਿੱਚ ਲੰਗਿਆਣੀਏ ਜੋਧੇ ਨੇ ਬੜਾ ਸੋਹਣਾ ਲਿਖਿਆ ਕਿ ਮਸਤ ਮੌਲਾ ਆਖ ਕੇ ਜਮਾਨਾ ਏ ਪੁਕਾਰ ਦਾ ਗੁੰਦਿਆ ਸ਼ਰੀਰ ਦਾ ਵੀ ਤੇਜ ਰਫਤਾਰ ਦਾ ਪਿੰਡ ਹੈ ਰਸੂਲਪੁਰ ਗੜ ਵਿੱਚ ਗਾਨੀ ਹੈ ਕਾਲੂ ਦੀ ਤਾਂ ਜੋਧਿਆ ਇਹ ਦੁਨੀਆ ਦੀਵਾਨੀ ਹੈ
ਕਾਲੂ ਦੀ ਤਾਂ ਜੋਧਿਆ ਇਹ ਦੁਨੀਆ ਦੀਵਾਨੀ ਹੈ ਮੇਰੇ ਵੀਰੇ ਧੱਲੇ ਕੇ ਪਿੰਡ ਦੇ ਮਹਿਤੇ ਨੇ ਬੜੀ ਤਕੜੀ ਕਬੱਡੀ ਖੇਡੀ ਹੈ ਉਸੇ ਪਿੰਡ ਦਾ ਤਾਂ ਗੱਭਰੂ ਹੈ ਪੰਜਾਂ ਪੀਰਾਂ ਦੀ ਅਪਾਰ ਕਿਰਪਾ ਧੱਲੇ ਕੇ ਪਿੰਡ ਤੇ ਗੱਭਰੂ ਨੇ ਕਬੱਡੀ ਪਾ ਦਿੱਤੀ ਹੈ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਚਾਰ ਸਟਾਪਰ ਇਸ ਵੇਲੇ ਬਿਲਕੁਲ ਤਿਆਰ ਨੇ ਮੇਰੇ ਵੀਰੋ ਤੇ ਜਾਫੀ ਰਸੂਲਪੁਰੀ ਨੇ ਗੁੱਟ ਫੜਿਆ ਕੈਂਚੀ ਮਾਰੀ ਹੈ ਲੱਗਿਆ ਜ਼ੋਰ ਤੇ ਪੁਆਇੰਟ ਗੱਲ ਦਾ ਬਿੱਲਾ ਕਹਿੰਦਾ ਵੀ ਰੀਟਰ ਦੇ ਹਿੱਸੇ ਹੈ ਚਮਕੌਰ ਸਿੰਘ ਕੱਲੀ ਕੱਲੀ ਤਸਵੀਰ ਲੈਣੀ ਹੈ ਇਸ ਵੇਲੇ ਸਾਹਮਣੇ ਗੱਭਰੂ ਰਸੂਲਪੁਰੀ ਕਬੱਡੀ ਪਾਉਣ ਦੇ ਲਈ ਬਾਹਰ ਆਇਆ ਕਿ ਕਾਲੂ ਜੀ ਨੂੰ ਕਹਿੰਦੇ ਨੇ ਰਸੂਲਪੁਰ ਦਾ ਤੇ ਪਾਉਂਦਾ ਜਦੋਂ ਰੇਡ ਮੜਕਾ ਨਾ ਤੁਰਦਾ ਬਦਨੀ ਦਾ ਕੀਪਾ ਕਾਲੂ ਕੋਲੋ ਕੋਲ ਦੇ ਤੇ ਪਾਲੇ ਤੱਕ ਜਾਣ ਜਾਫੀਆਂ ਨੂੰ ਰੋਲਦੇ ਬਿਜਲੀ ਜਹੀ ਰਫਤਾਰ ਲੱਗੇ ਆਣੀਆਂ ਜੋਧਿਆ ਇੱਕ ਔਡੀ ਦੇ ਸਟਾਰ ਲੱਗੇ ਆਣੀਆਂ ਜੋਧਿਆ ਇੱਕ ਔਡੀ ਦੇ ਸਟਾਰ ਲੱਗੇ ਆਣੀਆਂ ਇਸ ਵੇਲੇ ਸਾਹਮਣੇ ਜਾਫੀ ਧੱਲੇ ਕੇ ਵਾਲਾ ਕੋਸ਼ਿਸ਼ ਕਰਦਾ ਤੇ ਪਮਾਲ ਪਿੰਡ ਦੇ ਜੀਤੇ ਨੇ ਇਸ ਵੇਲੇ ਵਿਸਲ ਮਾਰ ਦਿੱਤੀ ਹੈ ਵੀ ਪੁਆਇੰਟ ਰੇਡਰ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਖੇਡ ਦੇ ਮੈਦਾਨ ਦੇ ਵਿੱਚ ਕਿ ਦੇਵੀ ਦਿਆਲ ਪ੍ਰੀਤਾ ਘੁੱਗਾ ਸ਼ੰਕਰ ਪਿੰਡ ਦਾ ਸੀ ਬੋਲਾ ਤੋਖੀ ਦੇਵ ਅਟਾਵੀ ਪੂਰੀ ਹਿੰਟ ਦਾ ਸੀ ਪਹਿਲੇ ਸਮਿਆਂ ਵਿੱਚ ਨਾ ਆਉਂਦੇ ਇਹਨਾਂ ਸਟਾਰਾਂ ਦੇ ਖੇਡਣ ਜੋਰਾਂ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਖੇਡਣ ਜੋਰਾਂ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਇਸ ਵੇਲੇ ਸਾਹਮਣੇ ਜੀਤਾ ਮਹਿਰੋ ਪਿੰਡ ਵਾਲਾ ਗੱਭਰੂ ਕਬੱਡੀ ਪਾ ਰਿਹਾ ਕਦੇ ਜੀਤੇ ਮਾਉਣ ਦੀ ਗੱਲ ਹੈ ਇਸ ਵੇਲੇ ਮੁੰਡੇ ਨੇ ਲੱਕ ਫੜਿਆ ਗੱਲ ਕਸੂਤੀ ਹੈ ਗੱਲ ਕਸੂਤੀ ਹੈ ਕਿ ਤੇਰੀ ਰਜਾ ਵਿੱਚ ਸਾਰੀ ਕਾਇਨਾਤ ਚੱਲਦੀ ਨਹੀਂ ਜ਼ਿੰਦਗੀ ਭਰੋਸਾ ਯਾਰ ਇੱਕ ਪਲ ਦੀ ਲਾਲ ਮਿਲਦੇ ਕਰੋੜੀ ਨਾਹੀਂ ਲੱਖੀ ਮਾਲਕਾ ਨਿਗਾ ਮੇਰ ਦੀ ਗਰਾਉਂਡਾਂ ਉੱਤੇ ਰੱਖੀ ਮਾਲਕਾ ਤੂੰ ਨਿਗਾ ਮੇਰ ਦੀ ਗਰਾਉਂਡਾਂ ਉੱਤੇ ਰੱਖੀ ਮਾਲਕਾ ਪੁਆਇੰਟ ਜਾਫੀ ਦਾ ਅਗਲੀ ਕਬੱਡੀ ਰਸੂਲਪੁਰੀ ਨੌਜਵਾਨ ਗੱਭਰੂ ਦੀ ਹੈ ਜੱਸਿਆ ਸਿਆਰੀ ਫੜ ਨੌਜਵਾਨ ਭਾਜੀ ਬਰਾਬਰ ਦੀ ਮੁੜਦੀ ਹੈ ਜੱਫਾ ਬਰਾਬਰ ਦਾ ਲਾ ਕੇ ਦਿਖਾਉਣਾ ਹੈ ਤੇ ਇਸ ਵੇਲੇ ਮੁੰਡੇ ਨੇ ਪੁਸ਼ ਮਾਰ ਦਿੱਤੀ ਹੈ ਤੇ ਜੀਤਾ ਪਮਾਲਾ ਵਾਲਾ ਬਿਸਲ ਮਾਰ ਚੁੱਕਿਆ ਸਾਡਾ ਵੀਰ ਵੀ ਪੁਆਇੰਟ ਜਿਹੜਾ ਜਾਫੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਅਗਲੀ ਕਬੱਡੀ ਪਾਉਣ ਦੇ ਲਈ ਗੱਭਰੂ ਵੱਧ ਆਇਆ ਕਿ ਧੂੜਾ ਪੱਟੀ ਜਾਂਦੇ ਨੇ ਜਿਨ੍ਹਾਂ ਨੇ ਦੁੱਧ ਮਾਵਾਂ ਦਾ ਪੀਤਾ ਲੋਕ ਫੜਨੇ ਸੌਖੇ ਨਹੀਂ ਅਤਾਵੀ ਲੱਖਾਂ ਦੁੱਲਾ ਤੇ ਕੁੜ ਕੀਤਾ ਧੂੜਾ ਪੱਟੀ ਜਾਂਦੇ ਨੇ ਜਿਨ੍ਹਾਂ ਨੇ ਦੁੱਧ ਮਾਵਾਂ ਦਾ ਪੀਤਾ ਇਸ ਵੇਲੇ ਗੱਭਰੂ ਨੇ ਕਬੱਡੀ ਪਾ ਦਿੱਤੀ ਹੈ ਮੇਰੇ ਵੀਰੋ ਚਾਰ ਜਾਫੀ ਰਸੂਲਪੁਰ ਦੀ ਧਰਤੀ ਦੇ ਹੈ ਜ਼ਿਲ੍ਹਾ ਲੁਧਿਆਣਾ ਤੇ ਤਹਿਸੀਲ ਜਗਰਾਓਂ ਦੀ ਧਰਤੀ ਹੈ ਕਿ ਰਸੂਲਪੁਰ ਪਿੰਡ ਹੈ ਜਗਰਾਓਂ ਦੀ ਤਹਿਸੀਲ ਦਾ ਖੇਡ ਆਪਣੀ ਨਾ ਕਾਲੂ ਦਿਲ ਦਰਸ਼ਕਾਂ ਦੇ ਕੀਲ ਦਾ ਖੇਡ ਆਪਣੀ ਨਾ ਕਾਲੂ ਦਿਲ ਦਰਸ਼ਕਾਂ ਦੇ ਕੀਲ ਦਾ ਰਸੂਲਪੁਰੀਆ ਕਾਲੂ ਕਹਿੰਦੇ ਮਸਤਾਂ ਦੇ ਤੌਰ ਤੇ ਜਾਣਾ ਜਾਂਦਾ ਹੈ ਮਾਪਿਆਂ ਨੇ ਨਾਂ ਹਰਵਿੰਦਰ ਸਿੰਘ ਰੱਖਿਆ ਤੇ ਦੁਨੀਆ ਕਾਲੂ ਕਹਿੰਦੀ ਹੈ ਅਗਲੀ ਟੀਮ ਪੁਰਾਣੇ ਵਾਲਾ ਏ ਤੇ ਤਲਵੰਡੀ ਭੰਗੇਰੀਆਂ ਹਰਦੀਪ ਵੀਰ ਕਾਲ ਕਰ ਪੁਰਾਣੇ ਵਾਲਾ ਏ ਤੇ ਤਲਵੰਡੀ ਭੰਗੇਰੀਆਂ ਪਿੰਡ ਨੂੰ ਮੇਰੀ ਬੇਨਤੀ ਹੈ ਵੀ ਗੱਭਰੂ ਜਲਦੀ ਨਾਲ ਗ੍ਰਾਉਂਡ 'ਚ ਆਉਣਗੇ ਇਸ ਵੇਲੇ ਸਾਹਮਣੇ ਚਾਰ ਸਟਾਪਰ ਬਿਲਕੁਲ ਤਿਆਰ ਨੇ ਮੇਰੇ ਵੀਰੋ ਤੇ ਜਾਫੀ ਮੇਰੇ ਵੀਰੋ ਧੱਲੇ ਕੇ ਵਾਲਾ ਕੋਸ਼ਿਸ਼ ਕਰਦਾ ਹੈ ਮੈਂ ਤੇਰੇ ਕਬੱਡੀ ਬੜੀ ਤਕੜੀ ਖੇਡੀ ਹੈ ਤੇ ਧੱਲੇ ਕੇ ਦਾ ਚਰਨਾ ਖੇਡਿਆ ਜਲੰਧਰ ਸਿੱਧੂ ਦੀ ਟੀਮ ਲਈ ਕੈਨੇਡਾ ਦੀ ਅਲਬਰਟਾ ਫੈਡਰੇਸ਼ਨ ਲਈ ਮੇਰੇ ਵੀਰੋ ਪੁਰਾਣੇ ਵਾਲਾ ਬੀ ਤੇ ਰੌਲੀ ਦੀ ਟੀਮਾਂ ਵੀ ਆ ਮੇਰਾ ਵੀਰ ਰੌਲੀ ਪਿੰਡ ਦਾ ਪੀਤਾ ਸਾਡੇ ਵੀ ਸੁੱਖਿਓ ਨਹੀਂ ਜਿਹੜੇ ਪਿੰਡ ਦੇ ਕਹਿੰਦੇ ਵੀ ਮੇਰੇ ਵੀਰੋ ਪਿੰਦੀ ਦੇ ਨਿੰਦਰੋ ਨਹੀਂ ਜਾ ਵਸੇ ਨੇ ਕੈਨੇਡਾ ਜਿਹੜੇ ਪਿੰਡ ਦੇ ਜੀਤੇ ਵਰਗੇ ਕੌਰਾ ਸਾਡਾ ਵੀਰ ਲਓ ਉਸੇ ਪਿੰਡ ਦੇ ਖਿਡਾਰੀਆਂ ਦੀ ਗੱਲ ਕਰਨੀ ਹੈ ਤੇ ਪੁਰਾਣੇ ਵਾਲਾ ਪਿੰਡ ਕਹਿੰਦੇ ਨਿੱਕੇ ਨੇ ਮਸ਼ਹੂਰ ਕੀਤਾ ਲਿਆ ਖੜਾ ਕੀਤਾ ਕਬੱਡੀ ਦੇ ਨਕਸ਼ੇ ਤੇ ਸਾਡੇ ਵੀਰ ਪ੍ਰੀਤਮ ਵਰਗਿਆਂ ਨੇ ਮਨਜਿੰਦਰ ਵਰਗਿਆਂ ਨੇ ਸ਼ਿੰਦੇ ਹੁਣਾਂ ਨੇ ਮੇਰੇ ਵੀਰ ਇਸ ਪਿੰਡ ਨੂੰ ਤੇ ਲਓ ਇਸ ਵੇਲੇ ਪੁਆਇੰਟ ਮਹਿਰੋ ਪਿੰਡ ਦੇ ਜੀਤੇ ਨੇ ਆਪਣੀ ਟੀਮ ਦੇ ਹਿੱਸੇ ਜੋੜੇ ਹੈ ਲਿਆਕਤ ਅਲੀ ਪੂਰਾ ਨਾਂ ਹੈ ਤੇ ਦੁਨੀਆ ਬਿੱਲਾ ਕਹਿੰਦੀ ਹੈ ਗਾਲਬ ਰਣ ਸਿੰਘ ਪਿੰਡ ਹੈ ਤੇ ਸਿਧਵਾ ਦੇ ਗੁਲਜ਼ਾਰ ਦੇ ਕਹਿੰਦੇ ਮਾਮੇ ਦਾ ਪੁੱਤ ਹੈ ਕਬੱਡੀ ਬੜੀ ਟੌਪ ਦੀ ਖੇਡੀ ਹੈ ਗਾਲਬ ਪਿੰਡ ਦੇ ਬਿੱਲੇ ਨੇ ਤੇ ਪਮਾਲ ਪਿੰਡ ਦਾ ਜੀਤਾ ਵੀ ਆਪਣੇ ਸਮੇਂ ਦਾ ਦੁਨੀਆ ਭਰ ਦਾ ਸੁਪਰ ਸਟਾਰ ਹੈ ਕਬੱਡੀ ਦਾ ਇਸ ਲਈ ਜੱਸਾ ਗੱਭਰੂ ਮੇਰੇ ਵੀਰੇ ਚੜ੍ਹਦੀ ਕਰਨੀ ਧੱਲੇ ਕੇ ਪਿੰਡ ਵਾਲਾ ਤੇ ਦੋ ਨੰਬਰ ਵਾਲੇ ਨੇ ਕੋਸ਼ਿਸ਼ ਕਰੀ ਹੈ ਟੱਚ ਡਬਲ ਹੋ ਚੁੱਕਿਆ ਕਾਲਾ ਕਾਲਾ ਜਿੱਥੇ ਵੀ ਹੈਗਾ ਇੱਥੇ ਟਰਾਲੀ ਵਾਲੀ ਸਟੇਜ ਤੇ ਪਹੁੰਚੇ
ਫੋਟੋ ਵਾਲਾ ਫੋਨ ਉਹਦੇ ਕੋਲ ਆ ਤੇ ਪੁਰਾਣੇ ਵਾਲਾ ਇਹ ਵਾਸੇ ਤਲਵੰਡੀ ਭੰਗੇਰੀਆਂ ਸਾਡੇ ਦਰਮਿਆਨ ਸਰਦਾਰ ਕੁਲਦੀਪ ਸਿੰਘ ਜੀ ਚੇਅਰਮੈਨ ਸਾਹਿਬ ਬਹਿਣੇ ਵਾਲੇ ਉਹ ਵੀ ਵਿਸ਼ੇਸ਼ ਤੌਰ ਤੇ ਤਸ਼ਰੀਫ ਲੈ ਕੇ ਆਏ ਨੇ ਅਸੀਂ ਉਹਨਾਂ ਨੂੰ ਵੀ ਇੱਥੇ ਪੁੱਜਣ ਤੇ ਸੋਚੀ ਪੈਰਾਮਾਊਂਟ ਸਪੋਰਟਸ ਕਬੱਡੀ ਕਲੱਬ ਪੁਰਾਣੇ ਵਾਲ ਵੱਲੋਂ ਜੀ ਆਇਆਂ ਆਖਦੇ ਆ ਜਿੰਨੇ ਵੀ ਕਦਮ ਸਰਦਾਰ ਕੁਲਦੀਪ ਸਿੰਘ ਜੀ ਚੱਲ ਕੇ ਆਏ ਨੇ ਸਾਡੀ ਸੋਚੀ ਸਪੋਰਟਸ ਕਲੱਬ ਦੇ ਸਿਰ ਮੱਥੇ ਤੇ ਹੈ ਵੱਡਾ ਧੰਨਵਾਦ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਹੈ ਸਾਰੀਆਂ ਨਾਲ ਪੁੱਜੀਆਂ ਹੋਈਆਂ ਸਤਿਕਾਰਯੋਗ ਸ਼ਖਸੀਅਤਾਂ ਦਾ ਗੱਲ ਕਰਾਂਗੇ ਦਿੜਪੇ ਪਿੰਡ ਦੇ ਡੈਣੀ ਦੀ ਤੇ ਗੱਲ ਕਰਨੀ ਹੈ ਦੇਵ ਦਿਆਲਪੁਰੇ ਵਾਲਾ ਸਾਡਾ ਵੀਰ ਵਿਸ਼ੇਸ਼ ਤੌਰ ਤੇ ਪੁੱਜਿਆ ਹੈ ਮਨੀ ਧੂੜ ਵਾਲਾ ਬੇਲਾ ਗਾਲ ਰਣ ਸਿੰਘ ਦੀ ਧਰਤੀ ਦਾ ਜੀਤਾ ਪਮਾਣਾ ਵਾਲਾ ਕਰਮਾ ਚੱਕਰ ਵਾਲਾ ਇਧਰੋਂ ਸਾਡਾ ਵੀਰ ਦੀਪਾ ਪਮਾਣਾ ਵਾਲਾ ਬੜੇ ਧੰਨਵਾਦ ਨੇ ਇਹਨਾਂ ਭਰਾਵਾਂ ਦੇ ਇਸ ਵੇਲੇ ਸਾਹਮਣੇ ਗੱਭਰੂ ਰਸੂਲਪੁਰ ਪਿੰਡ ਵਾਲਾ ਕਬੱਡੀ ਪਾ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ ਗੱਭਰੂ ਨੇ ਕਬੱਡੀ ਪਾਈ ਹੈ ਤੇ ਪੁਆਇੰਟ ਕਹਿੰਦੇ ਰੇਡਰ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਖੇਡ ਦੇ ਮੈਦਾਨ ਦੇ ਵਿੱਚ ਕਿੰਨੇ ਕੀ ਵੀਰੇ ਤੇ ਜੱਸੇ ਨੇ ਮਸ਼ਹੂਰ ਕੀਤਾ ਸਿੱਧਵਾਂ ਨੂੰ ਤੂੰ ਵੀ ਪਿੰਡ ਆਪਣਾ ਮਸ਼ਹੂਰ ਕਰ ਦੇ ਤੇ ਗੁਰਜੀਤ ਤੂੰ ਤਵਾਂਗਰਾ ਕਰਾ ਦੇ ਬੱਲੇ ਬੱਲੇ ਆ ਨਿਊਜ਼ ਪੇਪਰ ਦਾ ਖੇਡ ਪੰਨਾ ਭਰ ਦੇ ਕਿੰਦੇ ਲੱਖੇ ਵੈਲੀ ਵਾਂਗੂ ਤੇਰੀਆਂ ਵੀ ਹੋੜ ਗੱਲਾਂ ਤੇ ਸ਼ਾਜਾ ਪੁੱਤਰਾ ਤੂੰ ਦਿਲਬਰ ਚਨੇਰ ਬਣ ਜਾ ਕੁੱਖੋਂ ਜਾਏ ਤਾਈਆਂ ਮਾਂ ਆਖਦੀ ਪੁੱਤਾ ਤੂੰ ਕਬੱਡੀ ਦਾ ਪਲੇਅਰ ਬਣ ਜਾ ਕੁੱਖੋਂ ਜਾਏ ਤਾਈਆਂ ਮਾਂ ਆਖਦੀ ਪੁੱਤਾ ਤੂੰ ਕਬੱਡੀ ਦਾ ਪਲੇਅਰ ਬਣ ਜਾ ਇਸ ਵੇਲੇ ਪੁਆਇੰਟ ਰੇਡਰ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਤੇ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਦੇ ਮੈਦਾਨ ਦੇ ਵਿੱਚ ਗੱਭਰੂ ਵਾਧਾ ਹੋਇਆ ਮੇਰੇ ਦੀ ਧਰਤੀ ਦਾ ਜਿਲ੍ਹਾ ਲੁਧਿਆਣਾ ਤੇ ਤਹਿਸੀਲ ਜਗਰਾਉਂ ਦੀ ਧਰਤੀ ਹੈ ਰਸੂਲਪੁਰ ਪਿੰਡ ਤੇ ਚਾਰ ਜਾਫੀ ਜ਼ਿਲ੍ਹੇ ਮੋਗੇ ਦੇ ਪਿੰਡ ਧੱਲੇ ਕੇ ਦੇ ਹੈ ਹਾਂਜੀ ਜੇ ਕੋਈ ਮੂੰਹ ਸਪਰੇਅ ਦਿਓ ਜੀ ਪਹਿਲਾਂ ਤਾਂ ਗਰਾਊਂਡ ਦੇ ਵਿੱਚ ਡਾਕਟਰ ਸਾਹਿਬ ਸਾਡੇ ਭਗਵਾਨ ਸਿੰਘ ਦੀ ਜੜ ਡਾਕਟਰ ਭਗਵਾਨ ਆਣ ਜਾਣ ਜਲਦੀ ਤੋਂ ਜਲਦੀ ਗਰਾਊਂਡ ਤੇ ਆ ਜਾਣ ਜੀ ਡਾਕਟਰ ਭਗਵਾਨ ਸਿੰਘ ਦੀ ਜੜ ਸਾਡੇ ਖਿਡਾਰੀ ਵੀਰ ਦੇ ਜਿਹੜੀ ਹਲਕੀ ਦੀ ਸੱਟ ਲੱਗੀ ਹੈ ਕੋਈ ਗੱਲ ਨਹੀਂ ਹਵਾ ਆਉਣ ਦੇ ਯਾਰ ਸਾਂਭਿਓ ਖਿਡਾਰੀ ਨੂੰ ਕੋਈ ਹੱਡਾਂ ਪੈਰਾਂ ਦਾ ਸਿਆਣਾ ਹੋਵੇ ਤਾਂ ਵੀਰ ਜਿਹੜਾ ਗਰਾਊਂਡ ਤੇ ਆ ਜਾਵੇ ਪਲੇਅਰ ਦੇ ਜਿਹੜੀ ਸੱਟ ਲੱਗੀ ਹੈ ਉਹ ਖਿਡਾਰੀ ਵੀਰ ਨੂੰ ਹਵਾ ਲੱਗਣ ਦਿਓ ਯਾਰ ਇਕੱਠ ਨਾ ਕਰੋ ਮੇਰੇ ਵੀਰ ਕੋਈ ਵੀਰ ਜਿਹੜੇ ਕੋਈ ਹੱਡਾਂ ਪੈਰਾਂ ਦਾ ਸਿਆਣਾ ਹੋਵੇ ਤਾਂ ਇੱਥੇ ਗਰਾਊਂਡ ਦੇ ਵਿੱਚ